ਸਾਤਰੀਅਕਾਲ ਤੁਸੀਂ ਦੇਖ ਰਹੇ ਹੋ ਤਖਤ ਪੰਜਾਬ ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ ਮੇਰੇ ਨਾਲ ਕੁਝ ਸਿਆਸੀ ਮਾਰ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਧੰਨਵਾਦ ਸੁਖਿੰਦਰ ਜੀ ਧੰਨਵਾਦ ਸਭ ਤੋਂ ਪਹਿਲਾਂ ਪ੍ਰੋਫੈਸਰ ਸਾਹਿਬ ਗੱਲ ਅੱਜ ਪੰਜਾਬ ਬੰਦ ਹੈ ਬਾਲਮੀਕੀ ਸਮਾਜ ਨੇ ਕਿਹਾ ਕਿ 9 ਤੋਂ 5 ਵਜੇ ਤੱਕ ਪੰਜਾਬ ਬੰਦ ਰਹੇਗਾ ਲੋਕਾਂ ਨੂੰ ਜਿੱਦਾਂ ਦੀਆਂ ਦਿੱਕਤਾਂ ਆਉਣੀਆਂ ਉਹ ਤਾਂ ਸਭ ਨੂੰ ਪਤਾ ਪਰ ਕਾਰਨ ਕੀ ਐ ਇਸ ਗੱਲ ਦਾ ਸਰਕਾਰ ਦੇ ਕੰਨਾਂ ਤੇ ਜੋ ਕਿਉਂ ਨਹੀਂ ਸਰਕੀ ਲਗਾਤਾਰ ਚੇਤਾਵਨੀਆਂ ਸਰਕਾਰ ਨੂੰ ਦਿੱਤੀਆਂ ਗਈਆਂ ਕੋਈ ਕੁਸ਼ਵਿੰਦਰ ਗੱਲ ਬੜੀ ਸਾਫ਼ ਆ ਜਿਹੜਾ ਹਜ਼ਾਰਾਂ ਸਾਲਾਂ ਤੋਂ ਸਾਡੇ ਸਮਾਜ ਅੰਦਰ ਕੁਝ ਲੋਕਾਂ ਦਾ ਜਿਹੜੇ ਇੱਥੇ ਦੇ ਹੀ ਧਰਤੀ ਪੁੱਤਰ ਆ ਨਜਾਇਜ਼ ਸ਼ੋਸ਼ਣ ਉਹਨਾਂ ਨਾਲ ੱਤਕਾ ਉਹਨਾਂ ਨੂੰ ਇਨਸਾਨ ਨਾ ਸਮਝਣਾ ਉਸ ਨੂੰ ਉਸ ਦੀ ਪਰਪਾਈ ਕਰਨ ਲਈ ਪਰਪਾਈ ਕਰਨ ਲਈ ਸੰਵਿਧਾਨ ਦੇ ਵਿੱਚ ਸੰਵਿਧਾਨ ਕਮੇਟੀ ਨੇ ਰਿਜ਼ਰਵੇਸ਼ਨ ਰੱਖੀ ਹੈ ਜਿਹਨੂੰ ਰਾਖਵਾ ਕਰਨ ਕਹਿੰਦੇ ਆ ਬਾਅਦ ਵਿੱਚ OBC ਦੀ ਵੀ ਹੈ ਪਹਿਲਾਂ SC ਦੀ ਹੈ ਇਸੇ ਤਰੀਕੇ ਨਾਲ ਬਾਅਦ ਵਿੱਚ ਔਰਤਾਂ ਦੀ ਵੀ ਹੈ ਯਾਨੀ ਸਮਾਜਿਕ ਨਿਆਂ ਲਈ ਤਾਂ ਕਿ ਕੋਈ ਜੋ ਪਛੜ ਗਏ ਆ ਉਹ ਸਿੱਧੇ ਤੌਰ ਤੇ ਜਿਨ੍ਹਾਂ ਦੇ ਉੱਤੇ ਸਮਾਜਿਕ ਦਬਾਅ ਵੀ ਆ ਹਰ ਕਿਸਮ ਦੀ ਵਿਤਕਰਾ ਅੱਜ ਵੀ ਜਾਂਦਾ ਚੱਲਦਾ ਆ ਉਸ ਨੂੰ ਕੰਪਨਸੇਟ ਕਰ ਲਈ ਉਹਨਾਂ ਨੂੰ ਉਸ ਵਿਤਕਰੇ ਤੋਂ ਮੁਕਤ ਕਰਕੇ ਬਾਹਰ ਲਿਆਉਣ ਲਈ ਇਹ ਜ਼ਰੂਰੀ ਹੈ ਕਿ ਉਹਨਾਂ ਨੂੰ ਸਪੈਸ਼ਲ ਟ੍ਰੀਟਮੈਂਟ ਦਿੱਤਾ ਜਾਏ ਇਹ ਸਾਡੇ ਦੇਚ ਨਹੀਂ ਹੈਗਾ ਇਹ ਅਮਰੀਕਾ 'ਚ ਆ ਕੈਨੇਡਾ 'ਚ ਆ ਯੂਰਪ 'ਚ ਆ ਸਾਰੇ ਦੇਸ਼ਾਂ 'ਚ ਇਹ ਹੁੰਦਾ ਉਹਦਾ ਰੂਪ ਆਪਣਾ ਆਪਣਾ ਉੱਥੇ ਜਾਤਾਂ ਨਹੀਂ ਆ ਉੱਥੇ ਰੇਸ ਹੈਗੀ ਆ ਹੋਰ ਕਈ ਕਿਸਮ ਦੇ ਸਿਲਸਲੇ ਹੈਗੇ ਆ ਜਾਂ ਕੁਝ ਹੋਰ ethnicities ਗਰੁੱਪ ਆ ਪਛਾਈ ਗਰੁੱਪ ਆ ਇਸ ਕਿਸਮ ਦਾ ਹੁੰਦਾ ਹੁਣ ਸਵਾਲ ਇਹ ਹੁੰਦਾ ਕਿ ਜਿਹੜੇ ਬੰਦੇ ਮੈਰੀਟੋਰੀਅਸ ਆ ਜਿਹੜੇ ਕਹਿੰਦੇ ਆ ਕਿ ਦੇਖੋ ਜੀ ਖੇਲ ਚੱਲੇ ਤੇ ਓਪਨ ਚੱਲੇ ਜਿਨ੍ਹਾਂ ਦੇ ਖਾਂਦੇ ਪੀਂਦੇ ਘਰਾਂ ਚੋਂ ਦੇ ਜਿਹਦੇ ਮਾਪੇ ਬੀ ਟੀਚਰ ਆ ਜਾਂ ਮਾਪੇ ਸਰਮਾਇਦਾਰ ਹੈਗੇ ਆ ਮਾਪੇ ਵੱਡੀਆਂ ਜ਼ਮੀਨਾਂ ਵਾਲੇ ਆ ਉਹ ਖੁਦ ਕਨਵੈਂਟ ਸਕੂਲਾਂ ਚ ਪੜੇ ਆ ਘਰ ਵਿੱਚ ਉਹਨਾਂ ਨੂੰ ਪੰਜਾਬੀ ਪੜ੍ਹਾਉਣ ਦੀ ਜਗ੍ਹਾ ਮਾਪੇ ਨੇ ਅੰਗਰੇਜ਼ੀ ਸ਼ੁਰੂ ਕੀਤੀ ਤੇ ਜਿਹੜੇ ਗਰੀਬਾਂ ਦੇ ਬੱਚੇ ਆ ਉਥੇ ਉੜਾੜਾ ਬਨੇ ਜਾਂ ਮਿੱਡੇ ਮੀਂਹ ਖਾ ਕੇ ਘਰ ਚਲੇ ਜਾਂਦੇ ਆ ਇਹ ਗੈਪ ਦੂਰ ਕਿਵੇਂ ਹੋਵੇ ਤੇ ਉਸ ਦਾ ਜਿਹੜੇ ਉੱਪਰ ਬੰਦੇ ਆ ਉਹ ਕਹਿੰਦੇ ਵੀ ਮੈਰਿਟ ਹੋਵੇ ਬਸ ਜੀ ਜਿਹਦੇ ਜ਼ਿਆਦਾ ਨੰਬਰ ਆਏ ਜਿਹਦੇ ਜ਼ਿਆਦਾ ਜਿਹੜਾ ਬੰਦਾ ਜ਼ਿਆਦਾ ਅੰਗਰੇਜ਼ੀ ਵੱਡਦਾ ਆ ਜਿਹੜਾ ਬੰਦਾ ਜ਼ਿਆਦਾ ਚੁਸਤ ਹੈਗਾ ਜਿਹੜਾ ਜ਼ਿਆਦਾ ਸੋਹਣਾ ਸੁਨੱਖਾ ਲੱਗਦਾ ਜਿਹੜਾ ਚੰਗੀ ਗੱਲ ਕਰਦਾ ਜਿਹੜਾ ਸੋਹਣੇ ਕੱਪੜੇ ਪਾਉਂਦਾ ਉਹਦਾ ਹੀ ਰਾਜ ਹੋਣਾ ਚਾਹੀਦਾ ਆਹ ਬੰਦੇ ਕਿਥੋਂ ਵਿਚਾਰ ਇਹ ਮਾਹੌਲ ਖਰਾਬ ਕਰਨ ਸਾਨੂੰ ਵੀ ਕਹਿੰਦੇ ਸੀ ਹਲਾਂ ਜੇ ਚਲੋ ਅਸੀਂ ਕਿਤੇ ਉਸ ਕਿਸਮ ਦੇ ਪਛੜੇ ਪਾਣ ਚ ਨਹੀਂ ਸੀਗੇ ਅਸੀਂ ਜਾਣ ਬੁੱਝ ਕੇ ਇਹਨਾਂ 엘ੀਟ ਲੋਕਾਂ ਨੂੰ ਤੰਗ ਕਰਨ ਲਈ ਬਾਥਰੂਮ ਸਲੀਪਰ ਪਾ ਕੇ ਆ ਜਾਣਾ ਫਿਰ ਅਸੀਂ ਉਂਜੀ ਕੁੜਤਾ ਪਜਾਮਾ ਦੇਸੀ ਜਿਹਾ ਉਸ ਦੇ ਨਾਲ ਹੀ ਸੌਂ ਜਾਣਾ ਉਹ ਜਿਹਾ ਹੀ ਡਿਪਾਰਟਮੈਂਟ ਚ ਪੰਜਾਬ ਯੂਨੀਵਰਸਿਟੀ ਚ ਪਾ ਕੇ ਆ ਜਾਣਾ ਇਹਨਾਂ ਨੂੰ ਤੰਗ ਕਰਨ ਦੇ ਇਹਨਾਂ ਨਾਲ ਖਹਿ ਖਹਿ ਕੇ ਬੈਠਣਾ ਅਸੀਂ ਕਿ ਕਰਵਾਂ ਸਾਨੂੰ ਕਿਵੇਂ ਕਿਉਂਕਿ ਅਸੀਂ ਤੇ ਐਕਟਿਵਿਸਟ ਬੰਦੇ ਸੀ ਅਸੀਂ ਚਾਹੁੰਦੇ ਸੀ ਸਾਡੇ ਨਾਲ ਪੰਗਾ ਲੈਣ ਫਿਰ ਅਸੀਂ ਪੜ੍ਹਾਈ ਦੇ ਵਿੱਚ ਇਹਨਾਂ ਨੂੰ ਇਹੋ ਜਿਹੇ ਪਟਕੇ ਮਾਰੇ ਹੋਏ ਆ ਕਿ ਅਸੀਂ ਉੱਠਣ ਜੋਗੇ ਨਹੀਂ ਛੱਡੇ ਜਿਹੜੇ ਸਭ ਤੋਂ ਵੱਧ ਅੰਗਰੇਜ਼ੀ ਬੋਲਦੇ ਸੀ ਉਹਨਾਂ ਦੀ ਅੰਗਰੇਜ਼ੀ ਕੱਢੀ ਉੱਥੇ ਬਿਠਾ ਕੇ ਡਿਪਾਰਟਮੈਂਟਾਂ 'ਚ ਕਈਆਂ ਤੋਂ ਮਾਫੀਆਂ ਮੰਗਾਈਆਂ ਪਰ ਸਾਰੇ ਬੰਦੇ ਇਸ ਤਰ੍ਹਾਂ ਨਹੀਂ ਕਹਿਣ ਦਾ ਮਤਲਬ ਇਹ ਹੈ ਕਿ ਇਹ ਜਿਹੜੀ ਇੱਕ ਸਮਾਜਿਕ ਐਟੀਟਿਊਡ ਬਣ ਗਿਆ ਮੈਂ ਕਿਉਂ ਲੰਬੀ ਲੈਕਚਰ ਮੈਂ ਖੁਦ ਅੰਬੇਦਕਰ ਸੈਂਟਰ ਚ 20 ਸਾਲ 22 ਸਾਲ ਕੰਮ ਕੀਤਾ ਮੈਂ ਤੁਹਾਨੂੰ ਆਪਣੇ ਉਸ ਅਧਿਐਨ ਚੋਂ ਉਸ ਉਸ ਅਨੁਭਵ ਚੋਂ ਦੱਸ ਰਿਹਾ ਹਾਂ ਕਿ ਇਹ ਵਿਤਕਰਾ ਜਿਸ ਤਰ੍ਹਾਂ ਲਗੇ ਸੋਤਰ ਜਾਂਦਾ ਔਰਤ ਦਾ ਦੁੱਖ ਕੀ ਹੈ ਉਹ ਔਰਤ ਹੀ ਜਾਣਦੀ ਹੈ ਦਲਿਤ ਦਾ ਦੁੱਖ ਕੀ ਹੈ ਉਹ ਦਲਿਤ ਹੀ ਜਾਣਦਾ ਹੈ ਸਭ ਕੁਝ ਹੁੰਦਿਆਂ ਹੋਇਆਂ ਵੀ ਤੁਸੀਂ ਨਿੱਕਾ ਜਾ ਉਹਦੇ ਤੇ ਕਮੈਂਟ ਦੇ ਦਿੰਨੇ ਆ ਸਰਕਾਰ ਦੇ ਜਵਾਈ ਆ ਜੀ ਲਓ ਜੀ ਇਹ ਤੇ ਬੈਕ ਡੋਰ ਤੇ ਆਇਆ ਜੀ ਲਓ ਜੀ ਜੇ ਇਹਨਾਂ ਨੂੰ ਡਾਕਟਰ ਬਣਾ ਦੇਓਗੇ ਫਿਰ ਮਰੀਜ਼ ਹੀ ਮਾਰੀ ਜਾਣਗੇ ਜਿਵੇਂ ਦੂਜੇ ਮਾਰਦੇ ਨਹੀਂ ਹੈ ਦੂਜੇ ਜਿਵੇਂ ਕਿਤੇ ਦੋ ਨੰਬਰੀ ਨਹੀਂ ਹੁੰਦੇ ਦੂਜੇ ਕਿਤੇ ਝਾਲੀ ਸਰਟੀਫਿਕੇਟ ਲੈ ਕੇ ਨਹੀਂ ਆਏ ਹੋਏ ਉਹ ਕਿੰਨੇ ਝੂਠੇ ਸਰਟੀਫਿਕੇਟ ਤੁਹਾਡੇ ਸਾਹਮਣੇ ਨਿਕਲਦੇ ਆ ਹਮ ਵੈਰੀਫਿਕੇਸ਼ਨ ਕਰੋ ਉਹ ਮਾਰ ਦੇਣ ਤੇ ਕੋਈ ਗੱਲ ਨਹੀਂ ਜੇ ਕੋਈ ਹੋਰ ਤੁਸੀਂ ਸਮਾਜਿਕ ਨਿਆਂ ਦੇਣ ਲਈ ਕੁਝ ਕਾਪੀ ਡਿਗਰੀ ਤੇ ਬਰਾਬਰ ਕਰਦੇ ਆ ਐਂਟਰੀ ਉਹਨਾਂ ਦੀ ਉੱਥੇ ਆ ਉਹ ਨੰਬਰ ਲੈਂਦੇ ਆ ਫਿਰ ਡਾਕਟਰ ਬਣਦੇ ਆ ਨੰਬਰ ਲੈਂਦੇ ਆ ਇੰਜੀਨੀਅਰ ਬਣਦੇ ਨੇ ਤੇ ਫੇਲ ਹੋ ਜਾਣਗੇ ਇੰਜੀਨੀਅਰ ਬਣਨਗੇ ਨਹੀਂ ਪਰ ਕੀ ਤੁਹਾਡੇ ਕੋਲ ਅੰਕੜੇ ਹੈਗੇ ਆ ਕਿ ਜਿਹੜੇ ਰਿਜ਼ਰਵ ਕੈਟੇਗਰੀ ਦੇ ਬੰਦੇ ਆਉਂਦੇ ਆ ਉਹ ਜ਼ਿਆਦਾ ਇਨੈਫੀਸ਼ੈਂਟ ਆ ਮਾੜਾ ਇਲਾਜ ਕਰਦੇ ਆ ਮਾੜੀਆਂ ਬਿਲਡਿੰਗਾਂ ਬਣਾਉਂਦੇ ਆ ਮਾੜੇ ਇੰਜੀਨੀਅਰ ਐ ਕੋਈ ਕੋਈ ਅੰਕੜੇ ਹੈਗੇ ਨਹੀਂ ਹੈਗੇ ਇੱਕ ੱੱਬਾ ਇੱਕ ਜਾਣੀ ਥੋਪ ਦੇਣਾ ਇਹੀ ਗੱਲ ਕੱਲ ਦੇ ਬੰਦ ਦੀ ਐ ਮੈਂ ਤਾਂ ਲੰਬੀ ਭੂਮਿਕਾ ਭੂਮਿਕਾ ਬਣਾਈ ਥੋੜੇ ਅਫਸੋਸ ਵਾਲੀ ਗੱਲ ਐ ਸਾਨੂੰ ਦਰਦ ਹੁੰਦਾ ਇਸ ਗੱਲ ਦਾ ਬਹੁਤ ਸਾਰੇ ਫੋਨ ਮੈਨੂੰ ਆਉਂਦੇ ਐ ਸਪਿੰਦਰ ਤੁਸੀਂ ਦਲਿਤ ਦੀ ਨਹੀਂ ਜੀ ਗੱਲ ਕਰਦੇ ਤੁਸੀਂ ਜੀ ਮਜ਼ਦੂਰ ਦੀ ਨਹੀਂ ਗੱਲ ਕਰਦੇ ਰੋਜ਼ ਲੋ ਜੀ ਅੱਜ ਕਿਸਾਨਾਂ ਦਾ ਹੋ ਗਿਆ ਕਿਸਾਨਾਂ ਨੇ ਅੱਜ ਮੀਟਿੰਗ ਕਰ ਲਈ ਕਿਸਾਨਾਂ ਨੇ ਫੱਟੇ ਚੱਕ ਤੇ ਕਿਸਾਨਾਂ ਨੇ ਚੱਕਾ ਜਾਮ ਕਰਤਾ ਅੱਜ ਮੈਂ ਲੰਬਾ ਟਾਈਮ ਉਹਨਾਂ ਸਾਰੇ ਵੀਰਾਂ ਦੇ ਜਵਾਬ ਚ ਦੇ ਰਿਹਾ ਕਿ ਸਾਡੇ ਅਸੀਂ ਇਗਨੋਰ ਨਹੀਂ ਕਰਦੇ ਪਰ ਅੱਜ ਕਿਉਂਕਿ ਉਹ ਐਕਸ਼ਨ ਕਰ ਰਹੇ ਆ ਅੱਜ ਕਿਉਂਕਿ ਚੱਕਾ ਜਾਮ ਹੋਣਾ 9 ਵਜੇ ਤੋਂ 5 ਵਜੇ ਤੱਕ ਹਮ ਸਮਝਾਉਣ ਸਮਝਾਣ ਦੀਆਂ ਜਿਹੜੇ ਨੇਗੋਸ਼ੀਏਸ਼ਨ ਹੋਣੇ ਸੀ ਉਹ ਫੇਲ ਹੁੰਦੇ ਨਜ਼ਰ ਆਏ ਆ ਹੁਣ ਲਾਸਟ ਮੂਮੈਂਟ ਤੇ ਕੋਈ ਗੱਲ ਹੋ ਜੇ ਤੇ ਹੋ ਜੇ ਇਹ ਵੀ ਗੱਲਾਂ ਆ ਕਿ ਕੁਝ ਜਿੱਥੇ ਬੰਦੀਆਂ ਹੈ ਨਾਲ ਕੁਝ ਨਹੀਂ ਹੈ ਪਰ ਉਹ ਚੱਕਾ ਜਾਮ ਇਸ ਕਰਕੇ ਰਿਹਾ ਜੇ ਜਿਹੜੀ ਏਜੀ ਦਾ ਟੀਮ ਪੌਣਿਕ 200 ਬੰਦਿਆਂ ਦੀ ਟੀਮ ਸੀਗੀ ਉਸ ਦੇ ਵਿੱਚ ਉਹ ਕਹਿੰਦੇ ਸੀ ਕਿ ਸਾਡੇ ਬੰਦੇ ਰੱਖੋ ਉਹਦੇ ਚ ਕੋਰਟ ਚ ਕੀ ਚਲਾ ਗਿਆ ਸਾਡਾ ਰਿਪੋਟਾ ਹੋਵੇ ਉਹ ਕਹਿੰਦੇ ਸੀ ਸਾਡੇ ਵੀ ਏਜੀ ਦੇ ਵਿੱਚੋਂ ਬੰਦੇ ਹੋਣ ਉੱਥੇ ਏਜੀ ਦੀ ਜਿਹੜੀ ਸਰਕਾਰ ਦੀ ਟੀਮ ਬਣਣੀ ਹੈ ਸਰਕਾਰੀ ਵਕੀਲਾਂ ਜਦੋਂ ਪਤਾ ਲੱਗਾ ਕਿ ਕੋਰਟ ਦੇ ਵਿੱਚ ਭਗਵੰਤ ਮਾਨ ਸਰਕਾਰ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਿ ਦਲਿਤ ਆਮ ਆਦਮੀ ਨਹੀਂ ਹੈਗੇ ਸਭ ਤੋਂ ਆਮ ਤੇ ਉਹ ਹੀ ਆ ਉਹਨਾਂ ਦੇ ਵਿਰੁੱਧ ਕੋਰਟ ਚ ਗਏ ਤੇ ਜਦੋਂ ਪਤਾ ਲੱਗਾ ਕਿ ਕੋਰਟ ਚ ਇਹਨਾਂ ਦੇ ਵਿਰੁੱਧ ਫੈਸਲਾ ਹੋਣਾ ਤੇ ਆਪਣੀ ਐਪਲੀਕੇਸ਼ਨ ਵਾਪਸ ਲੈ ਹੁਣ ਇਹ ਟਿੱਪਣੀ ਦਾ ਸਾਨੂੰ ਪਤਾ ਨਹੀਂ ਕਿ ਕੀ ਹੈ ਖਬਰਾਂ ਚ ਪੜਨ ਨੂੰ ਮੀਡੀਆ ਚ ਪੜਨ ਨੂੰ ਇਹ ਮਿਲ ਰਿਹਾ ਕਿ ਜਿਹੜੇ ਪਹਿਲੇ اٹਾਰਨੀ ਜਨਰਲ ਅਨਮੋਲ ਰਤਨ ਸਿੱਧੂ ਸੀਗੇ ਉਹਨਾਂ ਵਿਰੁੱਧ ਬਾਲਮੀਕੀ ਸਮਾਜ ਦਾ ਗੁੱਸਾ ਪੜ ਕੇ ਆਇਆ ਕੋਈ ਨਿੰਦਣਯੋਗ ਆ ਅਸਵਿਧਾਨਿਕ ਟਿੱਪਣੀ ਕੀਤੀ ਗਈ ਹੈ ਜਿਹੜੇ ਨੌਨ ਦਲਿਤ ਹੈ ਜਿਹੜੇ ਦਲਿਤ ਸਮਾਜ ਦੇ ਪੀੜਿਤ ਨਹੀਂ ਹੈ ਸੰਪੰਨ ਸਾਧਨ ਸੰਪਨ ਲੋਕ ਹੈਗੇ ਜਾਂ ਉੱਚੀਆਂ ਜਾਤੀਆਂ ਦੇ ਲੋਕ ਕਹਿ ਲਓ ਉਹ ਸਹਿ ਸੁਭਾਹੀ ਮੈਨੂੰ ਅਜੇ ਵੀ ਪਤਾ ਆ ਕਿ ਪਿੰਡਾਂ ਦੇ ਸੱਭਿਆਚਾਰ 'ਚ ਕਿੰਨੀਆਂ ਕੁ ਜਿਹੋ ਜਿਹੀਆਂ ਅਖਾਣਾਂ ਤੇ ਇਹੋ ਜਿਹੀਆਂ ਗੱਲਾਂ ਸੀਆਂ ਜਿਹੜੀਆਂ ਸੀ ਹੁਣ ਚੇਤਨ ਹੋ ਕੇ ਛੱਡ ਦਿੱਤੀਆਂ ਹੂੰ ਇਹ ਇੱਕ ਮੈਂ ਤੁਹਾਨੂੰ ਸੁਣਾ ਦਿੰਨਾ ਕਿਵੇਂ ਇਸ ਸਮਾਜ ਨੂੰ ਨਪੀੜ ਕੇ ਰੱਖਿਆ ਜਾਂਦਾ ਇੱਕ ਕਹਾਵਤ ਸਾਡੇ ਜੱਟ ਸਮਭਾਏ ਦੇ ਵਿੱਚ ਪ੍ਰਚਲਿਤ ਸੀਗੀ ਪਿੰਡਾਂ 'ਚ ਇਕਾ ਹੋਇਆ ਚੂੜਿਆਂ ਮਹਿੰਗੇ ਕੀਤੇ ਛੱਜ ਤੇ ਜੇ ਵੱਦ ਤੋਂ ਵੱਦ ਇਕਾ ਹੋਊ ਸਾਡਾ ਕੀ ਵਿਗਾੜ ਲੈਣਗੇ ਛੱਜ ਬਣਾਉਂਦੇ ਆ ਛੱਜ ਮਹਿੰਗੇ ਕਰ ਦੇਣਗੇ ਅਸੀਂ ਛੱਜ ਨਹੀਂ ਕਿਤੇ ਹੋਰ ਖਰੀਦ ਲਾਂਗੇ ਇਹਨਾਂ ਨੂੰ ਅਸੀਂ ਕੁਝ ਨਹੀਂ ਸਮਝਦੇ ਸੱਤਾ ਦਾ ਕਬਜ਼ਾ ਔਰ ਉਹਨਾਂ ਨੂੰ ਪੀੜਨ ਦਾ ਲਤਾੜਨ ਦਾ ਸਾਡੇ ਇਹੋ ਜਿਹੇ ਫਰੇਜ਼ ਬਣਾ ਕੇ ਬੋਲੀਆਂ ਬਣਾ ਕੇ ਇਹੋ ਜੀਆਂ ਟਿੱਪਣੀਆਂ ਬਣਾ ਕੇ ਇਹੋ ਜੇ ਮਜ਼ਾਕ ਅਡਾ ਕੇ ਕੀਤਾ ਜਾਂਦਾ ਇਸ ਸੱਭਿਆਚਾਰ ਨੂੰ ਹਰ ਸੱਭਿਆਚਾਰ ਚ ਹਰ ਚੀਜ਼ ਠੀਕ ਨਹੀਂ ਹੁੰਦੀ ਉਹ ਸੱਭਿਆਚਾਰ ਨੂੰ ਹਲਾਤਾ ਮੁਤਾਬਕ ਅੱਜ ਦੇ ਯੁੱਗ ਦਾ ਹਾਣੀ ਕਰਨ ਲਈ ਮਾਡਰਨ ਬਣ ਲਈ ਬਦਲਣ ਦੀ ਵੀ ਲੋੜ ਆ ਜਾਤਾਂ ਦਾ ਸ਼ਬਦ ਜਿਹੜਾ ਮੈਂ ਬੜਾ ਸੋਚ ਸਮਝ ਕੇ ਲਈ ਨਾ ਇਸ ਕਰਕੇ ਮੇਰਾ ਕਹਿਣ ਦਾ ਮਤਲਬ ਇਹ ਹੈਗਾ ਕਿ ਸਾਡੇ ਖੂਨ ਚ ਸਹਿ ਸੁਭਾਅ ਵੀ ਕਈ ਵਾਰ ਅਸੀਂ ਜਾਤੀਗਤ ਟਿੱਪਣੀ ਕਰ ਦਿੰਦੇ ਨੇ ਉਹਦੀ ਤੁਰੰਤ ਮਾफी ਮੰਗਣੀ ਚਾਹੀਦੀ ਹੈ ਔਰ ਸਾਨੂੰ ਹੌਲੀ ਹੌਲੀ ਇਹ ਸਮਝਣਾ ਚਾਹੀਦਾ ਕਿ ਸਾਡੀ ਜਿਹੜੀ ਸੱਭਿਆਚਾਰਕ ਟ੍ਰੇਨਿੰਗ ਹੋਈ ਹੈ ਆਪਣੇ ਆਪਣੇ ਪਰਿਵਾਰਾਂ ਚ ਜਿਸ ਕਿਸਮ ਦਾ ਪਰਿਵਾਰ ਸੀ ਉਹੋ ਜਿਹੀ ਹੋ ਗਈ ਹੈ OBC ਬਾਰੇ ਵੀ ਇਹੋ ਜਿਹਾ ਬਹੁਤ ਭੱਦੀਆਂ ਟਿੱਪਣੀਆਂ ਇਹ ਉਸੇ ਤਰ੍ਹਾਂ ਦਲਤਾਂ ਬਾਰੇ ਤੇ ਬਹੁਤ ਹੀ ਪੱਧੀਆਂ ਟਿੱਪਣੀਆਂ ਮੈਂ ਘੱਟੋ ਘੱਟ 30 40 ਤੇ ਮੇਰੇ ਕੋਲ ਹੈਗੀਆਂ ਜਿਹੜੀਆਂ ਮੈਂ ਆਪਣੀ ਜ਼ਿੰਦਗੀ ਚ ਕਦੀ ਜਦੋਂ ਤੋਂ ਚੇਤਨ ਹੋਏ ਵੱਡੇ ਹੋਏ ਨਹੀਂ ਵਰਤਦਾ ਪਰ ਬਾਕੀ ਦੇ ਤੇ ਪ੍ਰਾਈਵੇਟਲੀ ਦੇ ਜ਼ਰੂਰ ਵਰਤਦੇ ਹੋਣਗੇ ਜੇ ਪਬਲਿਕਲੀ ਨਹੀਂ ਵਰਤਦੇ ਕਿਉਂਕਿ ਕਾਨੂੰਨ ਫਾਹਾ ਲਾਉਂਦਾ ਕਾਨੂੰਨ ਕਾਫੀ ਸਖਤ ਹੈ ਜੇ ਕੋਈ ਇਹੋ ਜੀ ਤੁਸੀਂ ਪਬਲਿਕਲੀ ਟਿੱਪਣੀ ਦਿਓ ਪਰ ਜੇ ਟਿੱਪਣੀ ਹੋ ਗਈ ਹੈ ਤਾਂ ਉਸ ਦਾ ਗੁੱਸਾ ਜਿਹੜਾ ਸਤਵੇਂ ਸਮਾਂ ਤੇ ਨਜ਼ਰ ਆ ਰਿਹਾ ਅੱਜ ਦੇਖਦੇ ਹਾਂ ਕਿ ਚੱਕਾ ਜਾਮ ਚ ਕੀ ਕੀ ਜਾਮ ਹੁੰਦਾ ਹਾਂਜੀ ਸਰਕਾਰ ਵੱਲੋਂ ਇੱਕ ਤਾਂ ਪ੍ਰੋਫੈਸਰ ਮੈਂ ਐਸਸੀ ਪਾਈ ਚਾਰੇ ਬਾਰੇ ਵੀ ਖਬਰ ਪੜ ਰਿਆ ਸੀ ਕਿ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਮਾਫ ਕਰਨਾ ਜਿਹੜੇ ਕਾਲਜਾਂ ਦੇ ਵਿੱਚ ਐਸਸੀ ਸਕਾਲਰਸ਼ਿਪ ਦਾ ਮਸਲਾ ਸੀਗਾ ਬੱਚਿਆਂ ਦੀਆਂ ਡਿਗਰੀਆਂ ਰੋਕ ਲਈਆਂ ਗਈਆਂ ਪਿਛਲੇ ਡੇਢ ਦੋ ਸਾਲ ਤੋਂ ਇਹ ਕੋ ਚੱਲਦਾ ਸੀ ਮਾਨ ਸਾਹਿਬ ਨੇ ਹੁਕਮ ਦੇ ਦਿੱਤਾ ਕਿ ਇਹ ਕਾਲਜਾਂ ਦਾ ਤੇ ਸਰਕਾਰ ਦਾ ਰੋਲਾ ਆ ਜਿਹੜੇ ਐਸਸੀ ਵਿਦਿਆਰਥੀ ਨੇ ਉਹਨਾਂ ਨੂੰ ੱੱਕੇ ਖਾਣ ਲਈ ਮਜਬੂਰ ਨਾ ਕਰੋ ਉਹਨਾਂ ਨੂੰ ਉਹਨਾਂ ਦੇ ਸਰਟੀਫਿਕੇਟ ਜਿਹੜੇ ਨੇ ਉਹਨਾਂ ਦੀਆਂ ਡਿਗਰੀਆਂ ਜਿਹੜੀਆਂ ਉਹ ਜਾਰੀ ਕਰੋ ਤਾਂ ਕਿ ਉਹ ਆਪਣੇ ਭਵਿੱਖ ਬਾਰੇ ਅੱਗੇ ਸੋਚਣ ਇਹ ਇੱਕ ਚੰਗੀ ਹਾਂਜੀ ਮੈਂ ਖੁਦ ਵੀ ਸੁਖਵਿੰਦਰ ਅੱਜ ਹੀ ਇੱਕ ਵੱਡੀ ਰੈਲੀ ਹੋਈ ਹੈ ਬੜੀ ਰੋਸ਼ ਰੈਲੀ ਸੀ ਵਾਈਸ ਚਾਂਸਲਰ ਪੰਜਾਬ ਯੂਨੀਵਰਸਿਟੀ ਦੇ ਦਫ਼ਤਰ ਦੇ ਸਾਹਮਣੇ ਮੈਂ ਖੁਦ ਉੱਥੇ ਐਡਰੈਸ ਕਰਕੇ ਆਇਆ ਨੌਜਵਾਨ 6 ਦਿਨ ਤੋਂ ਬੈਠੇ ਆ ਦਲਿਤ ਭਾਈਚਾਰੇ ਦੇ ਡਿਗਰੀਆਂ ਨਹੀਂ ਦੇ ਰਹੇ ਉਸੇ ਰਿਸਪੌਂਸ ਹੀ ਭਗਵੰਤ ਮਾਨ ਨੇ ਅੱਜ ਬਿਆਨ ਕੈਬਨਿਟ ਦੀ ਮੀਟਿੰਗ 'ਚ ਆਇਆ ਇਹ ਉਸੇ ਰਿਸਪੌਂਸ ਕਿਉਂਕਿ ਉਹ ਬੱਚੇ ਮਿਲੇ ਜਾ ਕੇ ਤੇ ਕੈਬਨਿਟ ਮੈਂਬਰਾਂ ਨੂੰ ਤਾਂ ਪਰ ਅਜੇ ਵੀ ਵਾਈਸ ਅਸਿਸਟਰ ਦੇ ਕੰਨਾਂ ਤੇ ਜੂ ਨਹੀਂ ਛੜ ਜਿਹੜੀ ਰਿੰਗੀ ਇਹ ਹਾਲਤ ਹੈ ਆ ਕੇ ਉਥੇ ਮਜਾਰੇ ਦੇ ਵਿੱਚ ਪ੍ਰੋਟੈਸਟ ਵਾਲੀ ਜਗ੍ਹਾ ਤੇ ਆ ਕੇ ਮੰਨ ਵੀ ਗਏ ਉਹਨਾਂ ਦੇ ਬੰਦੇ ਜਿਹੜੇ ਨਮਾਇंदे ਸੀ ਬਿਆਨ ਵੀ ਦੇ ਦਿੱਤਾ ਕੋਈ ਸਰਕੂਲਰ ਕੋਈ ਨੋਟੀਫਿਕੇਸ਼ਨ ਨਹੀਂ ਹੈ ਇਹ ਤੁਹਾਡੀ ਹਾਲਤ ਆ ਮੈਂ ਹੁਣੇ ਫੋਨ ਕਰਕੇ ਹਟਿਆ ਇੱਥੇ ਤੁਹਾਡੇ ਬੁਲੇਟਿਨ ਤੋਂ ਪਹਿਲਾਂ ਮੈਂ ਕਿਹਾ ਫਿਰ ਉਹ ਧਰਨਾ ਚੁੱਕ ਦਿੱਤਾ ਕਹਿੰਦੇ ਜੀ ਨਹੀਂ ਕਹਿੰਦੇ ਉਹ ਦੁਬਾਰਾ ਉਹ ਮੁੜ ਕੇ ਉਹਨਾਂ ਨੇ ਕੋਈ ਸਾਨੂੰ ਅਤਾ ਪਤਾ ਹੀ ਨਹੀਂ ਦਿੱਤਾ ਤੇ ਉਥੇ ਵੀ ਇਸ ਗੱਲ ਦੀ ਅੱਜ ਸਾਫ਼-ਸਾਫ਼ ਧਮਕੀ ਦੇ ਦਿੱਤੀ ਹੈ ਕਿ ਜੇ ਇਨ੍ਹਾਂ ਬੱਚਿਆਂ ਦੇ ਸਰਟੀਫਿਕੇਟ ਕਿਸੇ ਵੀ ਸਰਕਾਰ ਵੱਲੋਂ ਜਿਹੜੀਆਂ ਫੀਸਾਂ ਰੀਇਮਬਰਸਮੈਂਟ ਕਰਨੀ ਹੁੰਦੀ ਹੈ ਪੈਸਾ ਦੇ ਕੇ ਦਲਤ ਬੱਚਿਆਂ ਦੀਆਂ ਜੇ ਉਹ ਉਹਨਾਂ ਦੀ ਨਿਲਾਇਕੀ ਕਰਕੇ ਕੁਝ ਹੋ ਰਿਹਾ ਤੇ ਇਹਨਾਂ ਦੀਆਂ ਡਿਗਰੀਆਂ ਰੋਕੀਆਂ ਜਿਸ ਤਰ੍ਹਾਂ ਕਿ ਰੋਕਦੇ ਆ ਤਾਂ ਫਿਰ ਇੱਥੇ ਵੱਡਾ ਚੱਕਾ ਜਾਮ ਕੀ ਇੱਥੇ ਪੂਰੀ ਯੂਨੀਵਰਸਿਟੀ ਦੇ ਵਿੱਚ ਟਰੈਕਟਰ ਟਰਾਲੀਆਂ ਗੇਟ ਬੰਦ ਹੋਣਗੇ ਅੱਜ ਧਮਕੀਆਂ ਵੱਡੇ ਲੀਡਰ ਆਏ ਸੀ ਬੀਐਸਪੀ ਦੇ ਬਾਮ ਸਿੰਘ ਦੇ ਹੋਰ ਬਹੁਤ ਲੀਡਰ ਬਹੁਤ ਜਥੇਬੰਦੀਆਂ ਦੇ ਆਏ ਸੀਗੇ ਨੌਨ ਦਲ ਤੇ ਜਥੇਬੰਦੀਆਂ ਦੇ ਵੀ ਲੀਡਰ ਆਏ ਸੀ ਉਹਨਾਂ ਨੇ ਅੱਜ ਖਾਸਾ ਉੱਥੇ ਮਜਮਾ ਇਸ ਗੱਲ ਦਾ ਲਾਇਆ ਔਰ ਇੱਕ ਧਮਕੀਆਂ ਭਰਿਆ ਚੇਤਾਵਨੀ ਜ਼ਰੂਰ ਇਸ਼ੂ ਕੀਤੀ ਹੈ ਬੜੀ ਵਧੀਆ ਦੂਸਰੀ ਗੱਲ ਇੱਕ ਹੋਰ ਦੇਖੋ ਇਹ ਅੱਜ ਜੇ ਮੁੱਦਾ ਛੇੜਿਆ ਤੇ ਸਾਡੇ ਉਹ ਸਾਰੇ ਵੀਰ ਸੁਣ ਕੇ ਸ਼ਾਇਦ ਖੁਸ਼ ਹੋਣਗੇ ਜਿਹੜੇ ਹਾਨੂੰ ਬਾਰ-ਬਾਰ ਸ਼ਿਕਾਇਤ ਕਰਦੇ ਸੀ UGC ਵੱਲੋਂ ਬੱਚਿਆਂ ਦੇ ਲਈ ਜਿਹੜੇ ਦਲਿਤ ਬੱਚੇ ਆ ਉਹਨਾਂ ਲਈ ਅਲੱਗ ਪੈਸੇ ਭੇਜ ਕੇ ਹੋਸਟਲ ਬਣਵਾਏ ਹੋਏ ਆ ਇੱਕ ਤੇ ਨਾਰਮਲ ਸਾਰਿਆਂ ਨੂੰ ਜਿਹੜੇ ਆਉਂਦੇ ਆ ਉਹਦੇ 'ਚ ਵੀ ਉਹਨਾਂ ਦੀ ਹੱਕ ਬਣਦਾ ਆ ਪਰ UGC ਨੇ ਸਪੈਸ਼ਲ ਕਿ ਇਹ ੱੱਕੇ ਨਾ ਖਾਣੇ ਬਾਹਰ ਜਾ ਕੇ ਕਿਰਾਏ ਦੇ ਉੱਤੇ ਮਕਾਨ ਨਹੀਂ ਲੈ ਸਕਦੇ ਬੜੇ ਮਹਿੰਗੇ 6-7000 TGPG ਕਹਿੰਦੇ ਆ ਪਿੰਗਐਸਟ ਕਹਿੰਦੇ ਆ 7-8 10000 ਤੱਕ ਇਹ ਕਿੱਥੋਂ ਲੈ ਲੈਣਗੇ ਉਹਨਾਂ ਕੋਲ ਤਾਂ 7-800 ਵੀ ਨਹੀਂ ਹੁੰਦਾ ਤੇ ਇਹ ਹੋਸਟਲ ਦੇ ਵਿੱਚ ਤਾਂ ਕਿ ਉਹਨਾਂ ਨੂੰ ਕਮਿਊਨਡੇਸ਼ਨ ਦਾ ਦਿੱਕਤ ਨਾ ਆਏ ਪੈਸਾ ਲੈ ਕੇ ਹੋਸਟਲ ਬਣਾ ਲੈ ਸੀਟਾਂ ਨਹੀਂ ਦੇ ਰੇ ਇਹ ਵੀ ਮੰਗ ਰੱਖ ਰਿਆ ਬੱਚੇ ਕਿ ਯਾਰ ਹਾਦੂ ਹੋ ਗਈ ਸਾਡੇ ਨਾਂ ਤੇ ਪੈਸੇ ਆਏ ਆ ਹੋਸਟਲ ਬਣਾ ਲੈ ਆ ਤੁਸੀਂ ਸਾਨੂੰ ਸੀਟਾਂ ਤੇ ਦਿਓ ਹੁਣ ਬਿਠਣ ਤੇ ਦਿਓ ਇਸ ਕਿਸਮ ਦਾ ਟੱਕਾ ਲਗਾਤਾਰ ਮੈਂ ਨਿੱਜੀ ਤੌਰ ਤੇ ਵੀ ਤੁਹਾਨੂੰ ਦੱਸ ਦਿਆਂ ਸੰਨ 2000 ਦੇ ਵਿੱਚ ਐਸਈ ਯੂਨੀਵਰਸਿਟੀ ਦੇ ਵਿੱਚ 800 ਦੇ ਕਰੀਬ ਕਰੀਬ ਫੈਕਲਟੀ ਸੀ ਪੰਜਾਬ ਯੂਨੀਵਰਸਿਟੀ ਜਿਹੜੀ ਬਹੁਤ ਵੱਡੀ ਆਪਾਂ ਯੂਨੀਵਰਸਿਟੀ ਮੰਨਦੇ ਨਾਮੀਖਾਮੀ ਤੇ ਦਲਿਤ ਟੀਚਰ ਕਿੰਨੇ ਸੀ ਤਿੰਨ ਜਾਨੀ ਅੱਧਾ ਪਰਸੈਂਟ ਵੀ ਨਹੀਂ ਬਣਦੇ 0.3% ਜਦਕਿ ਤੁਹਾਨੂੰ ਪਤਾ ਜਿੰਨੀ ਪ੍ਰਪੋਰਸ਼ਨ ਹੈ 25% 23% ਜੋ ਵੀ 22% ਰਿਜ਼ਰਵੇਸ਼ਨ ਹੈ ਉਹ ਸਾਰੇ ਹੋਣੇ ਚਾਹੀਦੇ ਸੀ ਅਸੀਂ 5 ਸਾਲ ਇੱਥੇ ਨਗਾਰੇ ਦੀ ਝੋਟ ਤੇ ਉਹ ਤਮੱਚੜਾ ਪਾਇਆ ਉਹ ਵੀ ਸੀ ਦਾ ਅਸੀਂ ਕਾਫੀ ਆਤਾਂ ਕੀਤਾ ਨੈਸ਼ਨਲ ਕਮਿਸ਼ਨ ਤੋਂ ਚਿੱਠੀਆਂ ਆਈਆਂ ਤਾਂ ਜਾ ਕੇ ਉਹ ਪ੍ਰਤੀਰਧਾਰਵ ਦੀ ਪੂਰੀ ਹੋਈ ਜਾਂ ਨਹੀਂ ਤੇ ਐਂ ਜੀ ਧੱਕੇ ਨਾਲ ਹੀ ਚੱਲਿਆ ਜਾਂਦਾ ਸੀ ਉਹ ਵੀ ਪੁੱਛਦਾ ਨਹੀਂ ਸੀ ਵੀ ਇਹਨਾਂ ਨੇ ਕੀ ਪੜਾਉਣਾ ਜੀ ਜਾਂ ਤੁਸੀਂ ਠੇਕਾ ਲੈ ਲਿਆ ਤੁਸੀਂ ਰੱਬ ਦੇ ਸਿੱਧੇ ਭੇਜੀ ਹੋਏ ਆ ਕਿ ਤੁਹਾਨੂੰ ਹੀ ਸਭ ਤੋਂ ਵੱਧ ਅਕਲ ਆ ਮੰਨ ਲਓ ਤੁਹਾਨੂੰ ਅਕਲ ਆ ਪਰ ਜਿਹਨੂੰ ਨਹੀਂ ਉਹਨੂੰ ਕਦੀ ਦੇਣੀ ਨਹੀਂ ਤੇ ਇਹ ਦੇਸ਼ ਦੇ ਫਿਰ ਕਹੋਗੇ ਤੁਹਾਨੂੰ ਤੁਸੀਂ ਝੰਡਾ ਨਹੀਂ ਲਾਉਂਦੇ ਫਿਰ ਕਹੋਗੇ ਦੇਸ਼ ਭਗਤੀ ਨਹੀਂ ਕਰਦੇ ਪਦੇਸ਼ ਭਗਤੀ ਕਿੱਥੋਂ ਆਉਣੀ ਹੈ ਜਦ ਤੁਸੀਂ ਉਹਨਾਂ ਨੂੰ ਬੰਦਾ ਨਹੀਂ ਸਮਝਦੇ ਇਹ ਸਾਰੀਆਂ ਚੀਜ਼ਾਂ ਜ਼ਰੂਰੀ ਆ ਕਿ ਆਪਾਂ ਧਿਆਨ ਰੱਖੀਏ ਹਾਂਜੀ ਬਿਲਕੁਲ ਮਾਨ ਸਰਕਾਰ ਨੂੰ ਜਿਹੜਾ ਇਸ ਇੱਥੋਂ ਤੱਕ ਸੀਮਿਤ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਮੂੰਹੋਂ ਬਿਆਨ ਕੱਢਿਆ ਕਬਰਾਂ ਦੀਆਂ ਸੁਰਖੀਆਂ ਬਣ ਗਿਆ ਤੇ ਸਵੇਰ ਹੁੰਦਿਆਂ ਨੂੰ ਅਖਬਾਰਾਂ ਦੇ ਵਿੱਚ ਆ ਜਾਣਾ ਨਾਲੇ ਤੁਹਾਡਾ ਇਸ਼ਤਿਹਾਰ ਵਾਂਗੂ ਬਣ ਜਾਣਾ ਤੇ ਨਾਲੇ ਇਹ ਕਹਿ ਦੇਣਾ ਕਿ ਅਸੀਂ ਤਾਂ ਜੀ ਦੇਖੋ ਕਰਤਾ ਹੁਣ ਨੋਟੀਫਿਕੇਸ਼ਨ ਹੀ ਨਹੀਂ ਕੱਢਣਾ ਜਿਹੜੀ ਗੱਲ ਦਾ ਤੋਂ ਪ੍ਰੋਫੈਸਰ ਹੁਣ ਤੁਸੀਂ ਗੱਲ ਪੰਜਾਬ ਯੂਨੀਵਰਸਿਟੀ ਦੇ ਜੀ ਛੇੜ ਹੀ ਲਈ ਆ ਤਾਂ ਮੈਂ ਥੋੜਾ ਜਿਹਾ ਚਾਹਾਂਗਾ ਕਿ ਉਸ ਪਾਸੇ ਵੱਲ ਧਿਆਨ ਦਿਵਾਈਏ ਕਿ ਹਰਿਆਣਾ ਦੇ ਕਾਲਜਾਂ ਨੂੰ ਐਫੀ ਐਫੀਲੀਏਸ਼ਨ ਦੇਣਾ ਉਹਦੇ ਉੱਤੇ ਕਾਫੀ ਸਵਾਲ ਖੜੇ ਹੋ ਰਹੇ ਨੇ ਕਿ ਮਾਨ ਸਾਹਿਬ ਤਾਂ ਕਹਿੰਦੇ ਸੀ ਕਿ ਅਸੀਂ ਯੂਨੀਵਰਸਿਟੀ ਨੂੰ ਜਾਣ ਨਹੀਂ ਦਿੰਦੇ ਕੇਂਦਰ ਕਹਿੰਦੀ ਕਿ ਸਾ ਸਾਡੀ ਯੂਨੀਵਰਸਿਟੀ ਤੇ ਕੋਈ ਨਜ਼ਰ ਨਹੀਂ ਹੈਗੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਉੱਥੇ ਰਾਜ ਸਭਾ ਦੇ ਇਹਨਾਂ ਦੇ ਮੈਂਬਰ ਜਿਹੜੇ ਵਿਕਰਮਦੀਪ ਸਿੰਘ ਸਾਨੀ ਨੇ ਉਹਨਾਂ ਨੇ ਵੀ ਸਵਾਲ ਚੁੱਕਿਆ ਸੀ ਜਵਾਬ ਆਇਆ ਸੀ ਉਹਦੇ ਤੇ ਤੇ ਪਰ ਹੁਣ ਚੱਲ ਕੀ ਰਿਹਾ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਕੀ ਪੰਜਾਬ ਸਰਕਾਰ ਕੋਈ ਚਾਰਾ ਜੋਈ ਇਹੋ ਜਿਹੀ ਕਰ ਰਹੀ ਹੈ ਕਿ ਪੰਜਾਬ ਦੇ ਕੋਲ ਹੀ ਰਹੇ ਦੇਖੋ ਵਿਕਰਮਜੀਤ ਸਿੰਘ ਸਾਨੀ ਨੇ ਜਿਹੜਾ ਕਿਹਾ ਉਹਦੇ ਜਵਾਬ ਚ ਕੇਂਦਰੀ ਮੰਤਰੀ ਨੇ ਇਹ ਕਿਹਾ ਕਿ ਅਸੀਂ ਕੋਈ ਵੀ ਸੂਬੇ ਦੀ ਯੂਨੀਵਰਸਿਟੀ ਦਾ ਕੇਂਦਰੀਕਰਨ ਨਹੀਂ ਕਰ ਰਹੇ ਮੈਟਰੋ ਫੈਕਟ ਸਾਰੇ ਦੇਖ ਲਈਏ ਠੀਕ ਐ ਕਰ ਹੀ ਨਹੀਂ ਸਕਦੇ ਕਿਉਂਕਿ ਸੂਬਿਆਂ ਦੀਆਂ ਯੂਨੀਵਰਸਿਟੀਆਂ ਸੂਬਿਆਂ ਦੇ ਵਿੱਚ ਰਿਜ਼ੋਲਵ ਕਰਕੇ ਸੈਂਬਲੀਆਂ ਚ ਬਿੱਲ ਉਹਨਾਂ ਦਾ ਕੈਲੰਡਰ ਪਾਸ ਹੋ ਕੇ ਬਣੀਆਂ ਹੋਈਆਂ ਤੁਸੀਂ ਕਰ ਹੀ ਨਹੀਂ ਸਕਦੇ ਡੰਡੇ ਖਾਣੇ ਆ ਸੈਂਟਰ ਨੇ ਡੰਡੇ ਖਾਣੇ ਐ ਸੂਪਿਆਂ ਤੋਂ ਦੂਸਰੀ ਗੱਲ ਪੰਜਾਬ ਯੂਨੀਵਰਸਿਟੀ ਸਟੇਟ ਯੂਨੀਵਰਸਿਟੀ ਹੈ ਹੀ ਨਹੀਂ ਇਹ ਤੇ ਇੰਟਰ ਸਟੇਟ ਬਾਡੀ ਸ਼ੁਰੂ ਤੋਂ ਕੈਲੰਡਰ ਦੇ ਵਿੱਚ ਹੈਗੀ ਨਾ ਇਹ ਸੈਂਟਰ ਸੈਂਟਰਲ ਯੂਨੀਵਰਸਿਟੀ ਆ ਨਾ ਇਹ ਸਟੇਟ ਯੂਨੀਵਰਸਿਟੀ ਆ ਵਿੱਚ ਵਿਚਾਲੇ ਲਟਕਦੀ ਆ ਇਸ ਲਈ ਉਹ ਉਸ ਡੈਫੀਨੇਸ਼ਨ ਚ ਨਹੀਂ ਆਉਂਦੀ ਦੂਜਾ ਸਵਾਲ ਅਗਲੀ ਗੱਲ ਇਹ ਆ ਕਿ ਹੁਣੇ 3-4 ਦਿਨ ਹਰਿਆਣਾ ਦਾ ਵਿਧਾਨ ਸਭਾ ਦਾ ਸੈਸ਼ਨ ਹੋ ਕੇ ਹਟਿਆ ਉਹਦੇ ਵਿੱਚ ਉਹਨਾਂ ਨੇ ਰੈਜ਼ੋਲੂਸ਼ਨ ਪਾਸ ਕੀਤਾ ਕਿ ਸਾਡੇ 3 ਜ਼ਿਲ੍ਹਿਆਂ ਦੇ ਕਾਲਜ ਅਫੀਲੀਏਟ ਕੀਤੇ ਜਾਣ ਇਹ ਕਾਂਗਰਸ ਵੱਲੋਂ ਲਿਆਂਦਾ ਗਿਆ ਤੇ ਸਾਰਿਆਂ ਨੇ ਪਾਸ ਕੀਤਾ ਕਿਹੜੇ-ਕਿਹੜੇ ਜ਼ਿਲ੍ਹੇ ਆ ਉਹ ਜਮਨਾ ਨਗਰ ਆ ਅੰਬਾਲਾ ਤੇ ਪੰਚਕੂਲਾ 42 ਕਾਲਜ ਆ ਇਹਦਾ ਮਤਲਬ ਆ ਕਿ ਧੁੰਖਣੀ ਧੁਖੀ ਜਾਂਦੀ ਆ ਕਦੀ ਤੇ ਉਹ ਕਹਿੰਦੇ ਪੈਰਲਲ ਸੈਕਟਰੀਏਟ ਕਦੀ ਕਹਿੰਦੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਸਾਨੂੰ ਦੁਬਾਰਾ ਅਫੀਲੀਏਟ ਹੋਣ ਦਿਓ ਦੇਖੋ ਟੈਕਨੀਕਲੀ ਜੇ ਅਫੀਲੀਏਟ ਕਾਲਜ ਹੁੰਦੇ ਆ ਤੇ ਸੈਨਿਚਲੀ ਪੰਜਾਬ ਯੂਨੀਵਰਸਿਟੀ ਨੂੰ ਫਾਇਦਾ ਪਰ ਰਾਜਨੀਤਿਕ ਤੌਰ ਤੇ ਇਹ ਦਾ ਇੱਕ ਆਪਣੇ ਆਪ ਚ ਰਿਸਕ ਆ ਵੀ ਫਿਰ ਕਰਦੇ ਕਰਦੇ ਇਸ ਸੈਂਟਰ ਵੱਲ ਨੂੰ ਨਾ ਹੋ ਜਾਏ ਔਰ ਹੁਣ ਇਹੋ ਜੇ ਰਿਜ਼ੋਲਵ ਨੂੰ ਪਾਸ ਕਰਾਉਣਾ ਈਜ਼ੀ ਹੈਗਾ ਕਿਉਂਕਿ ਹੁਣ ਬੀਜੇਪੀ ਦੀ ਪੰਜਾਬ ਦੀ ਸੈਨੇਟ ਦੇ ਵਿੱਚ ਨੋਮੀਨੇਟਿਡ ਮੈਂਬਰ ਹੀ ਬਹੁਤ ਹੁੰਦੇ ਆ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ ਕੀਤੇ ਉਹਨਾਂ ਨੇ ਚੁਣ-ਚੁਣ ਕੇ ਆਪਣੇ ਬੰਦੇ ਕੀਤੇ ਹੋਇਆ ਤੇ ਕੁਝ ਜਿਹੜੇ ਇਲੈਕਟਡ ਬੰਦੇ ਉਹਨਾਂ ਚ ਵੀ ਉਹਨਾਂ ਦੇ ਕੁਝ ਕਾਫੀ ਬੰਦੇ ਹੈਗੇ ਆ ਤੇ ਕੁੱਲ ਮਿਲਾ ਕੇ ਮੈਜੋਰਿਟੀ ਹੁਣ ਕਰਕੇ ਕਦੀ ਵੀ ਇਹੋ ਜਿਹਾ ਰਿਜ਼ੋਲਵ ਹੋ ਸਕਦਾ ਜਿੱਥੇ ਹਰਿਆਣੇ ਦੇ ਕਾਲਜ ਵੀ ਇਥੇ ਲੀਟ ਕਰ ਦਿੱਤੇ ਜਾਣ ਤੇ ਜਦੋਂ ਬਾਅਦ ਫਿਰ ਦੇਖਿਆ ਜਾਏ ਕਿ ਹੁਣ ਇਸ ਨੂੰ ਸੈਂਟਰ ਦਾ ਬਣਾਉਣਾ ਜਾਂ ਪੰਜਾਬ ਯੂਟੀ ਤੇ ਹਰਿਆਣੇ ਦਾ ਹੀ ਸਾਂਝ ਯੂਨੀਵਰਸਿਟੀ ਰੱਖਣੀ ਆ ਇਹ ਫਿਰ ਅਗਲਾ ਜਾਂਦਾ ਹੋਊਗਾ ਪ੍ਰੋਫੈਸਰ ਇੱਥੇ ਥੋੜਾ ਜਿਹਾ ਹੋਰ ਖੋਲਿਓ ਕਿ ਤੁਸੀਂ ਕਹਿ ਰਹੇ ਸੀ ਕਿ ਕਾਂਗਰਸ ਨੇ ਲਿਆਂਦਾ ਉਦੇ ਉੱਤੇ ਅੱਗੇ ਜਿਹੜਾ ਰੈਜ਼ੋਲੂਸ਼ਨ ਪਾਸ ਹੋਇਆ ਮਤਲਬ ਕਾਂਗਰਸ ਦੋਰਾ ਸਟੈਂਡ ਅਪਣਾ ਰਹੀ ਹੈ ਹਰਿਆਣੇ ਚੋਰ ਤੇ ਪੰਜਾਬ ਚੋਰ ਇਹ ਦੇਖੋ ਇਹ ਤਾਂ ਖੁਦ ਇਹ ਤਾਂ ਕਰਤੀ ਹੈ ਸਾਸ਼ੀਆਂ ਨੈਸ਼ਨਲ ਪਾਰਟੀਆਂ ਕਰਦੀਆਂ ਇੱਥੇ ਦੀ ਬੀਜੇਪੀ ਕਹਿੰਦੀ ਹੈ ਚੰਡੀਗੜ੍ਹ ਸਾਡਾ ਤੇ ਹਰਿਆਣੇ ਦੀ ਬੀਜੇਪੀ ਕਹਿੰਦੀ ਹੈ ਵੀ ਚੰਡੀਗੜ੍ਹ ਸਾਡਾ ਉਹ ਮਤਲਬ ਇਹ ਇਹਨਾਂ ਨੂੰ ਇਸ ਗੱਲ ਦੀ ਕੋਈ ਬੁਤੀ ਉਹਨਾਂ ਨੂੰ ਇਹ ਨੰਗ ਝੂਠ ਬੋਲਣ ਦਾ ਗਰੰਟੀ ਆ ਤੇ ਲੋਕੀ ਵੀ ਇਨਾਂ ਕ ਮੰਨ ਚੁੱਕੇ ਹੋਏ ਆ ਠੀਕ ਹੈ ਮਤਲਬ ਲੋਕ ਹੁਣ ਸਮਝ ਲੈਣ ਕਿ ਸਿਆਸੀ ਪਾਰਟੀਆਂ ਜਿਹੜੀਆਂ ਨੇ ਉਹਨਾਂ ਨੇ ਲੋਕਾਂ ਦੀ ਖਿੱਦੋ ਬਣਾਈ ਐ ਇਧਰੋਂ ਛੁੱਟੀ ਉਧਰੋਂ ਛੁੱਟੀ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਸਾਡੇ ਨਾਲ ਬੀਤ ਕੀ ਰਹੀ ਐ ਚਲੋ ਜਵਾਬ ਲੈ ਲੈਣਗੇ ਗੱਲ ਪ੍ਰੋਫੈਸਰ ਹੁਣ ਮੈਂ ਪੰਜਾਬ ਕੈਬਨਿਟ ਦੀ ਮੀਟਿੰਗ ਦੇ ਉੱਤੇ ਆਵਾਂ ਕਿ ਕੈਬਨਿਟ ਦੀ ਮੀਟਿੰਗ ਹੋਈ ਐ ਚਰਚਾ ਬੜੀ ਰਹੀ ਕਿ ਰੇਤਾ ਤੇ ਬਜਰੀ ਸਸਤਾ ਕਰਤਾ 9 ਰੁਪਏ ਫੁੱਟ ਸ਼ਾਇਦ ਰੇਤਾ ਤੇ ਬਜਰੀ 17.5 ਤੋਂ 20 ਦੇ ਵਿੱਚ ਵਿੱਚ ਰੱਖੀ ਐ ਪਹਿਲਾ ਰੇਟ ਕਾਫੀ ਉੱਪਰ ਸੀ ਕਿ ਚੰਨੀ ਸਾਹਿਬ ਦੀ ਸਰਕਾਰ ਵੇਲੇ 5 ਰੁਪਏ ਫੁੱਟ ਰੇਟ ਤੇ ਦੀ ਗੱਲ ਹੁੰਦੀ ਸੀ ਪਰ ਅੱਜ ਜਦੋਂ ਸਰਕਾਰ ਇਹ ਗੱਲ ਕਹਿੰਦੀ ਹੈ ਉਹਨਾਂ ਨੇ ਕੁਝ ਹੋਰ ਵੀ ਜਿਵੇਂ ਕੈਬਨਿਟ ਦੇ ਵਿੱਚ ਫੈਸਲੇ ਲਏ ਨੇ ਮੈਂ ਉਹਦੀ ਵੀ ਅ ਅੱਗੇ ਅੱਗੇ ਗੱਲ ਕਰਾਂਗਾ ਪਰ ਇਹਦੇ ਨਾਲ ਜੁੜਦਾ ਇੱਕ ਹੋਰ ਸਵਾਲ ਆ ਰਜਿਸਟਰੀਆਂ ਲੋਕਾਂ ਦੀਆਂ ਰਜਿਸਟਰੀਆਂ ਨਹੀਂ ਹੋ ਰਹੀਆਂ ਸਰਕਾਰ ਕਹਿੰਦੀ ਕਿ ਅਸੀਂ ਨਵੀਂ ਪਾਲਿਸੀ ਲਿਆਵਾਂਗੇ ਪਤਾ ਨਹੀਂ ਕਦੋਂ ਲਿਆਣੀ ਹੈ ਸਾਢੇ 4 ਸਾਲ ਤੋਂ ਸਾਢੇ 4 ਮਹੀਨਿਆਂ ਤੋਂ ਉੱਤੇ ਦਾ ਸਮਾਂ ਹੋ ਗਿਆ ਫਿਰ ਇਹਨਾਂ ਨੇ ਟੈਕਸਟ ਐਂਟਰੀਆਂ ਰੋਕੀਆਂ ਹੋਈਆਂ ਇੰਤਕਾਲ ਨਹੀਂ ਲੋਕਾਂ ਦੇ ਹੋਰੇ ਲੋਕ ਕਹਿੰਦੇ ਬੱਚਿਆਂ ਨੂੰ ਬਾਹਰ ਕੱਲਣਾ ਸੀ ਕੋਈ ਲੋਨ ਲੈਣੇ ਨੇ ਕਿਸੇ ਨੇ ਫਰਦ ਕਢਾਉਣੀ ਹੈ ਫਰਦਾ ਉਹਨਾਂ ਦੇ ਨਾਂ ਤੇ ਚੜ ਨਹੀਂ ਰਹੀਆਂ ਜੇ ਕੱਲ ਨੂੰ ਮੰਨ ਲਓ ਕਿ ਕੋਈ ਕਪਲੇਬਾਜ਼ੀ ਹੁੰਦੀ ਹੈ ਕੋਈ ਆਪਣੀ ਫਰਦ ਜੇ ਕਿਸੇ ਤੋਂ ਜ਼ਮੀਨ ਖਰੀਦੀ ਹੈ ਤੇ ਉਹ ਪ੍ਰਾਣਾ ਬੰਦਾ ਜਿਹੜਾ ਉਹ ਫਰਦ ਫੇਰ ਕਢਾ ਕੇ ਗਾ ਕਿਸੇ ਨੂੰ ਵੇਚ ਦਿੰਦਾ ਤੇ ਕੌਣ ਵਾਲੀ ਵਾਰਸ ਵੇਖੋ ਇਹ ਤੇ ਕਾਫੀ ਧੀਮੀ ਗਤੀ ਤੇ ਕੰਮ ਚੱਲ ਰਿਹਾ ਇੱਥੇ ਅਜੇ ਕਾਫੀ ਕੁਝ ਸਟੀਮ ਲਾਈਨ ਕਰਨ ਵਾਲਾ ਚੇਤੀ ਕਰਨਗੇ ਤੇ ਚੰਗੀ ਗੱਲ ਹੈ ਇਹ ਜਿਹੜਾ ਰੈਵਨਿਊ ਡਿਪਾਰਟਮੈਂਟ ਦਾ ਜਾਂ ਜਿਹੜਾ ਰਜਿਸਟਰੀਆਂ ਦਾ ਡਿਪਾਰਟਮੈਂਟ ਦਾ ਇਹ ਸਾਰਾ ਜਿਹੜਾ ਪੈਰਾਫਨੇਲੀਆ ਦਾ ਕੰਮ ਹੈ ਇਹ ਕਾਫੀ ਉਲਝਿਆ ਹੋਇਆ ਤੁਹਾਨੂੰ ਪਤਾ ਕਿ ਪਿੱਛੇ ਅ ਚੰਡੀਗੜ੍ਹ ਦੇ ਵਿੱਚ ਮਹਾਲੀ ਦੇ ਵਿੱਚ ਇਥੋਂ ਦੇ ਜਿਹੜੇ ਪ੍ਰੋਪਰਟੀ ਡੀਲਰ ਆ ਉਹਨਾਂ ਨੇ ਵੀ ਵੱਡੇ ਪ੍ਰੋਟੈਸਟ ਜ਼ਿਲ੍ਹੇ ਦੇ ਕਚੈਰੀਆਂ 'ਚ ਜਾ ਕੇ ਕੀਤੇ ਉਹ ਕੀ ਕਹਿ ਰਿਹਾ ਕਿ ਡੀਸੀ ਨੇ ਜਿਹੜੇ ਮਿਨੀਮਮ ਪ੍ਰਾਈਸ ਦਾ ਰੇਟ ਸੇਲ ਪਰਚੇਜ ਦਾ ਹੁੰਦਾ ਸਡਨਲੀ ਦੁੱਗਣਾ ਕਰ ਦਿੱਤਾ ਕਦੀ ਉਹ 10% ਵਾਧਾ ਕਦੀ 15 ਵਾਧਾ ਵਾਤ ਤੋਂ ਵਧ 20% ਵਧਾ ਦਿਓ ਤੁਸੀਂ ਦੁੱਗਣਾ ਕਰ ਦੋਗੇ ਤਾਂ ਫਿਰ ਤੇ ਆਪਣੀ ਮਾਰਕੀਟ ਹੀ ਥੱਲੇ ਚਲੇ ਜੂਗੀ ਕਿ ਹੇ ਕੋਲੇ ਇੰਨੇ ਪੈਸੇ ਹੁੰਦੇ ਹੀ ਨਹੀਂ ਉਸ ਕਿਸਮ ਦੇ ਸਿੱਧੇ ਕਿ ਜਿਹੜੇ ਬੈਂਕ ਚ ਪਾਏ ਹੁਣ ਚੱਕ ਕੇ ਦੇ ਦੇਣ ਕੋਈ ਕਿਧਰੋਂ ਕੋਈ ਕਿਧਰੋਂ ਫੜਫੜ ਕੇ ਲੋਕ ਦਿੰਦੇ ਆ ਉਹਦੇ ਨਾਲ ਕੀ ਹੋਇਆ ਕਿ ਉਹ ਇੱਕ ਸਲੰਪ ਆ ਗਿਆ ਉਹ ਹੁਣ ਆਪਣਾ ਪਿੱਤੀ ਜਾਂਦੇ ਵੀ ਅਸੀਂ ਰੋਟੀ ਕਿੱਥੋਂ ਖਾਈਏ ਦੂਸਰਾ ਜਿਹੜਾ ਤੁਸੀਂ ਰਜਿਸਟਰੀਆਂ ਦਾ ਕੰਮ ਰੁਕਿਆ ਉਹ ਵੀ ਰੁਕਿਆ ਹੋਇਆ ਹੈ ਵੀ ਅਜੇ ਨਹੀਂ ਕਰਨੀਆਂ ਕਦੋਂ ਕਰਨੀਆਂ ਕਿੱਦਾਂ ਕਰਨੀਆਂ ਉਹਦੇ ਕਰਕੇ ਵੀ ਲੋਕ ਬੜੇ ਪਰੇਸ਼ਾਨ ਹੈਗੇ ਆ ਇਸ ਬਾਰੇ ਜੋ ਵੀ ਫੈਸਲਾ ਲੈਣਾ ਉਹ ਛੇਤੀ ਲੈਣਾ ਚਾਹੀਦਾ ਕਿਉਂਕਿ ਥੱਲੇ ਰਾਜਨੀਤਿਕ ਤੌਰ ਤੇ ਵੀ ਆਮ ਆਦਮੀ ਪਾਰਟੀ ਨੂੰ ਇਸ ਕਾਲਾ ਕਾਫੀ ਕਸਾਰਾ ਲੱਗ ਰਿਹਾ ਆ ਕਿਉਂਕਿ ਬਿਲਕੁਲ ਤੁਸੀਂ ਠੀਕ ਆ ਕਿਸੇ ਨੇ ਲੋਨ ਲੈਣੇ ਕਿਸੇ ਨੇ ਬਾਹਰ ਜਾਣਾ ਕਿਸੇ ਨੇ ਕੋਈ ਫਰਜ਼ ਕਢਾਉਣੀ ਇਹ ਸਾਰੇ ਕੰਮ ਜਿਹੜੇ ਆ ਥੱਲੇ ਰੁਕੇ ਹੋਏ ਆ ਉਹਦੇ ਚ ਹਰ ਕੋਟ ਕਚੈਰੀ ਦੇ ਵਿੱਚ ਜਿੱਥੇ ਜਿਹੜੇ ਕੁਝ ਵਕੀਲਾਂ ਦਾ ਕਾਰੋਬਾਰ ਵੀ ਇਹ ਇਹਦੇ ਨਾਲ ਪ੍ਰਭਾਵਿਤ ਹੋਇਆ ਜਿਨ੍ਹਾਂ ਨੇ ਇਹ ਸਾਜਨਾ ਰਜਿਸਟਰੀਆਂ ਹੋਰ ਸਾਰਾ ਅਰਜੀ ਜੀ ਨਹੀਂ ਸਾਰੇ ਕੰਮ ਜਦੋਂ ਜਿਹੜਾ ਉਹਦੇ ਨਾਲ ਸੰਬੰਧਿਤ ਕੰਮ ਆ ਉਹਦੇ ਵਿੱਚ ਕਾਫੀ ਸਲੰ ਪਿਆ ਮੰਦਾ ਆ ਗਿਆ ਇਹ ਜਿੱਦ ਕਹਿ ਲੋ ਤੇ ਉਹ ਕਾਫੀ ਪਰੇਸ਼ਾਨ ਆ 10 ਦਿਨ 15 ਦਿਨ 20 ਦਿਨ ਮਹੀਨਾ ਕਈ ਵਾਰੀ ਸਰਕਾਰਾਂ ਦੇ ਵੱਲੋਂ ਇਹੋ ਜਿਹਾ ਟਾਈਮ ਟਰਾਂਜੀਸ਼ਨਲ ਲਿਆ ਜਾਂਦਾ ਪਰ ਇੰਨੇ ਲੰਮੇ ਸਮੇਂ ਲਈ ਕੰਮ ਨੂੰ ਤੁਸੀਂ ਰੋਕ ਦੋਗੇ ਤਾਂ ਉਹ ਸਿਸਟਮ ਦੀ ਨਕਾਮੀ ਹੀ ਸਾਬਤ ਨਜ਼ਰ ਆਉਂਦੀ ਜੀ ਰੇਤੇ ਬਜਰੀ ਦੀ ਗੱਲ ਸੀ ਜਿਹੜਾ ਕਹਿੰਦੇ ਸਸਤਾ ਕਰ ਬਿਲਕੁਲ ਰੇਤੇ ਬਜਰੇ ਦੀ ਇਸ ਤਰ੍ਹਾਂ ਹੈ ਭਾਈ ਇਹ ਮੈਨੂੰ ਸਮਝ ਨਹੀਂ ਪਈ ਪਰ ਇਹ ਜਿੱਤਰਾ ਕਹਿੰਦੇ ਨਾ ਟੋਕਨਿਜ਼ਮ ਇਹ ਨਹੀਂ ਗੱਲ ਕਹਿੰਦੇ ਕਿ ਅਸੀਂ ਸਿੱਧੀ ਇੱਕ ਕਾਰਪੋਰੇਸ਼ਨ ਬਣਾ ਕੇ ਰੇਤਾ ਆਪਣੇ ਹੱਥੇ ਲੈ ਲਈਏ ਦੇਖਦੇ ਹਾਂ ਕਿਹੜਾ ਇੱਕ ਵੀ ਬੰਦਾ ਸਾਨੂੰ ਜਿਹੜਾ ਪ੍ਰਾਈਵੇਟ ਨਜ਼ਰ ਆ ਗਿਆ ਤੇ ਅਸੀਂ ਉਹਦੀ ਮੰਜੀ ਠੋਕਾਂਗੇ ਔਰ ਅਸੀਂ ਜਿਹੜਾ ਪੈਸਾ ਹੋਊਗਾ ਸਭ ਤੋਂ ਪਹਿਲਾਂ ਜਿਹੜਾ ਰੇਤਾ ਬਜਰੀ ਦੀ ਸੇਲ ਤੋਂ ਪੈਸਾ ਆਊਗਾ ਜਿੱਥੇ ਜਿਸ ਏਰੀਆ ਦੀ ਅੰਕੜੀ ਦੀ ਏਰੀਆ ਦੀ ਤਬਾਈ ਹੋ ਰਹੀ ਹੈ ਅਸੀਂ ਉਸ ਦਾ ਵਿਕਾਸ ਕਰਾਂਗੇ ਉਸ ਦੀ ਪਰਪਾਈ ਵੀ ਕਰਾਂਗੇ ਅਸੀਂ ਜਿੱਥੇ ਜ਼ਿਆਦਾ ਡੰਗਿਆਈ ਹੋ ਗਈ ਹੈ ਉੱਥੇ ਬੰਦ ਕਰਾਂਗੇ ਉਹ ਖੱਡਾਂ ਬੰਦ ਕਰਾਂਗੇ ਜਾਂ ਜਿੱਥੇ ਪਾਣੀ ਬਹੁਤ ਥੱਲੇ ਚਲਾ ਗਿਆ ਉੱਥੇ ਵੀ ਕੋਈ ਸੀ ਕੁਝ ਇਨਵੈਸਟਮੈਂਟ ਕਰਾਂਗੇ ਕੁਝ ਨਾ ਕੁਝ ਛਿੰਜ ਹੋਣਾ ਚਾਹੀਦਾ ਤੁਸੀਂ ਇਹ ਨਹੀਂ ਹੈ ਕਿ ਕੁਝ ਏਰੀਏ 'ਚੋਂ ਵੱਡੇ ਪੱਧਰ ਤੇ ਖਨਨ ਕਰ ਦੋ ਜਾਂ ਦਰਖਤ ਕੱਟ ਲਓ ਜਾਂ ਪਹਾੜ ਹੀ ਢਾ ਦਿਓ ਤੇ ਉੱਥੇ ਲੋਕਾਂ ਦਾ ਜੀਵਨ ਜਿਹੜਾ ਉਹਦੇ ਨਾਲ ਜੁੜਿਆ ਉਹ ਤੇ ਪ੍ਰਭਾਵਿਤ ਹੋਊਗਾ ਤੇ ਪੈਸਾ ਤੁਸੀਂ ਕਿਤੇ ਹੋਰ ਲਾ ਦਿਓ ਜਾ ਕੇ ਠਿੱਡੇ ਲਾ ਦਿਓ ਜਾਂ ਜਾ ਕੇ ਦਿੱਲੀ ਲਾ ਦਿਓ ਇਹ ਕੰਮ ਨਹੀਂ ਚੱਲੂਗਾ ਜਿੰਨਾ ਲੋਕਾਂ ਦੇ ਜਿੱਥੇ ਖਾਣਨ ਹੋ ਰਿਹਾ ਉਹਨਾਂ ਦਾ ਜੀਵਨ ਪ੍ਰਭਾਵਤ ਹੋ ਰਿਹਾ ਸਭ ਤੋਂ ਪਹਿਲਾ ਹੱਕ ਉਹਨਾਂ ਲੋਕਾਂ ਦਾ ਉਸ ਪੈਸੇ ਤੇ ਉਸ ਆਮਦਨ ਤੇ ਉਹ ਹੋਣਾ ਚਾਹੀਦਾ ਸੀਗਾ ਚੰਨੀ ਸਾਹਿਬ ਨੇ 5 ਰੁਪਏ ਕੀਤਾ ਇਹਨਾਂ ਨੇ 9 ਕਰ ਦਿੱਤਾ ਫਿਰ ਚੰਨੀ ਸਾਹਿਬ ਤੇ ਇਹਨਾਂ ਨਾਲ ਚੰਗੇ ਸੀ ਦੂਮਾ ਵੇਲੇ ਮੈਨੂੰ ਨਹੀਂ ਲੱਗਦਾ ਰੇਤਾ ਸਸਤਾ ਮਿਲੂਗਾ ਨਾ ਚੰਨੀ ਸਾਹਿਬ ਵੇਲੇ ਮਿਲਿਆ ਨਾ ਹੋਣ ਮਿਲਣਾ ਕਾਰਨ ਇਹ ਉਥੇ ਆ ਜਿੱਥੋਂ ਤੁਸੀਂ ਖੋਦਦੇ ਆਂ ਔਰ ਹਰ ਬੰਦਾ ਜਿਹਨੂੰ ਥੋੜਾ ਜਿਆ ਰੇਤਾ ਚਾਹੀਦਾ 10 ਰੇੜੀਆਂ ਰੇਤਾ ਚਾਹੀਦਾ ਉਹ ਟਰੈਕਟਰ ਟਰਾਲੀ ਜਾਂ ਟਰੱਕ ਲੈ ਕੇ ਨੱਕ ਕੇ ਉੱਥੇ ਜਾਊਗਾ ਕਿਨਾਰੇ ਤੇ ਜਾਊਗਾ ਦਰਿਆ ਦੇ ਕਿਨਾਰੇ ਜਾਊਗਾ ਖੱਡ ਦੇ ਜਾ ਕੇ ਲੈਣ ਜਾਊਗਾ ਰੇਤਾ ਇਹ ਖੱਡ ਦੇ ਉੱਤੇ ਰੇਟ ਹੈਗਾ ਇੰਨਾ ਪਰ ਕਿਉਂਕਿ ਤੁਸੀਂ ਤੇ ਜਿੱਥੇ ਵੇਖਦਾ ਰੇਤਾ ਜਿੱਥੇ ਤੁਹਾਡੇ ਨੇੜੇ ਵੇਖਦਾ ਉਥੋਂ ਖਰੀਦਣਾ ਆ ਉਥੇ ਉਹਨਾਂ ਦਾ ਕੋਈ ਕੰਟਰੋਲ ਨਹੀਂ ਉਥੇ ਉਹਨਾਂ ਦਾ ਕੋਈ ਰੇਟ ਨਹੀਂ ਇਹ ਪਹਿਲਾਂ ਵਾਂਗੂ ਹੀ ਮਹਿੰਗਾ ਰੇਤਾ ਵੇਖਦਾ ਰਹਿਣਾ ਤੇ ਬੱਜਰੀ ਵੀ ਵੇਖਦੀ ਰਹਿਣੀ ਆ ਇੱਕ ਐਹੋ ਜਿਹਾ ਗਾਂ ਆ ਜਿਹੜੀ ਜਿਹਨੂੰ ਪੱਠੇ ਵੀ ਪਾਉਣ ਦੀ ਲੋੜ ਨਹੀਂ ਤੇ ਦੁੱਧ ਵੀ ਅੱਗੇ ਨਾਲੋਂ ਹਰ ਸਾਲ ਵਧੀ ਤੁਰਿਆ ਜਾਂਦਾ ਇਹੋ ਜਿਹੇ ਮੌਜਾਂ ਕਿੰਨੂ ਹੋਣਗੀਆਂ ਤੇ ਸਰਕਾਰ ਹਰ ਕੋਈ ਚਾਹੁੰਦੀ ਆ ਕਿ ਬਾਲਟੀ ਲੈ ਕੇ ਬਹਿ ਜਾਓ ਤੇ ਚੋਈ ਚੱਲੋ ਤੇ ਜਿਹੜੀ ਥੱਲੇ ਤਬਾਹੀ ਹੋਈ ਜਾਂਦੀ ਆ ਉਹ ਦੇਖੀ ਜਾਊਗੀ ਜਦ ਤੱਕ ਮਰੂਗੀ ਗਾਂ ਉਹਦੜ ਦੇਖੀ ਜਾਊਗੀ ਇਹ ਹਰ ਫੈਸਲੇ ਚ ਕੋਈ ਨਾ ਕੋਈ ਉਹਲਾ ਨਜ਼ਰ ਆਂਦਾ ਜਿਹੜਾ ਲੋਕਾਂ ਦੀ ਅੱਖੀਂ ਘੱਟਾਂ ਪੈਂਦਾ ਵੀ ਨਜ਼ਰ ਆਉਂਦਾ ਫਿਰ ਉਹੀ ਗੱਲ ਕਿ ਅਖਬਾਰਾਂ ਚ ਲੱਗ ਜਾਣੇ ਨੇ ਇਸ਼ਤਿਹਾਰ ਮੈਂ ਪ੍ਰੋਫੈਸਰ ਸਾਹਿਬ ਗੱਲ ਕਰਾਂ ਕਿ ਇਹਨਾਂ ਨੇ ਇੱਕ ਹੋਰ ਕੈਬਨਿਟ ਦੀ ਮੀਟਿੰਗ ਦੇ ਵਿੱਚ ਕਿਹਾ ਕਿ ਸਿਹਤ ਸਿੱਖਿਆ ਨੂੰ ਲੈ ਕੇ ਕੋ ਪੰਡ ਜਿਹੜਾ ਰੇਜ਼ਿੰਗ ਕਰਨੀ ਹੈ ਇਹਨਾਂ ਨੇ ਉਹਦਾ ਚੇਅਰਪਰਸਨ ਮੁੱਖ ਮੰਤਰੀ ਸਾਹਿਬ ਹੋਣਗੇ ਤੇ ਹੋਰ ਵੀ ਉਹਦੇ ਵਿੱਚ ਰੱਖੇ ਨੇ ਇਹਨੂੰ ਕਿੱਦਾਂ ਦੇਖਦੇ ਹੋ ਕਿ ਸਰਕਾਰ ਜਦੋਂ ਲੋਕਾਂ ਤੋਂ ਦਸਵੱਧ ਮੰਗਦੀ ਆ ਦੇਖੋ ਪਹਿਲਾਂ ਕਿਤੇ ਘੱਟ ਤੁਸੀਂ ਲਉ ਪੀਤਾ ਆ ਫਿਰ ਇੰਡੀਆ ਕੇ ਸਵੇਰੇ ਸਵੇਰ ਸਾਰੀ ਕੈਬਿਨੇਟ 92 ਐਮਐਲਏ ਠੂਠਾ ਫੜ ਕੇ ਚੱਲ ਪਿਆ ਕਰੋ ਭਾਈ ਸਵੇਰੇ ਸਵੇਰ ਭੀਖ ਮੰਗਿਆ ਕਰੋ ਹੋਰ ਤੇ ਹੁਣ ਇਹੋ ਹੀ ਰਹਿ ਗਿਆ ਜਿੰਨਾ ਕੋਈ ਪਾ ਦੇ ਜਿਹਦਾ ਦੇ ਦੇ ਉਹ ਵੀ ਭਲਾ ਜਿਹੜਾ ਨਾ ਦੇਵੇ ਉਹਦਾ ਵੀ ਭਲਾ ਇਹ ਬੋਲੀ ਜਾਓ ਤੇ ਮੰਗੀ ਚੱਲੋ ਥੋੜਾ ਪੈਸਾ ਕੇਜਰੀਵਾਲ ਨੂੰ ਦਿੱਤਾ ਲੋਕਾਂ ਨੇ ਐਨਆਰਆਈਆਂ ਨੇ ਜਾਜਾਂ ਦੇ ਜਾਜ ਭਰ ਕੇ ਆਤਾ ਕਰੋੜਾਂ ਰੁਪਏ ਸੈਂਕੜੇ ਕਰੋੜਾਂ ਰੁਪਏ ਕਦੀ ਹਿਸਾਬ ਦਿੱਤਾ ਕਹਿੰਦਾ ਅਸੀਂ ਪੈਸੇ ਵੇਚ ਦਾ ਹਿਸਾਬ ਦਿਆਂਗੇ ਇੰਨਾ ਦਾ ਕੋਈ ਢਿੱਡ ਹੀ ਨਹੀਂ ਭਰਦਾ ਹੁਣ ਟਰਸਟ ਬਣਾ ਕੇ ਬੈਠ ਗਏ ਆ ਕਿ ਸਾਨੂੰ ਹੋਰ ਪੈਸਾ ਦਿਓ ਇੱਕ ਇਸੇ ਤਰੀਕੇ ਦਾ ਟਰਸਟ ਬਣਾ ਕੇ ਪ੍ਰਧਾਨ ਮੰਤਰੀ ਨੇ ਕੋਵਿਡ ਦੇ ਦਿਨਾਂ 'ਚ ਕਿੰਨਾ ਪੈਸਾ ਇਕੱਠਾ ਕਰ ਲਿਆ ਆਪਣੇ ਨਾਂ ਦੇ ਕਿਤੇ ਆਇਆ ਜਦ ਕਿ ਪਹਿਲਾ ਅਕਾਊਂਟ ਇੱਕ ਹੈਗਾ ਸੀਗਾ ਕਿ ਸਰਕਾਰ ਕੋਲ ਅਕਾਊਂਟ ਨਹੀਂ ਹੁੰਣ ਹੈਗੇ ਹੈਗੇ ਆ ਇਹ ਨਮੀਆਂ ਚੋਰ ਮੂਰੀਆਂ ਇਧਰ ਉਧਰੋ ਕਰਕੇ ਲੋਕਾਂ ਦਾ ਬੇਬੂ ਬਣਾ ਕੇ ਕਿ ਜਿਹੜੇ ਵੀ ਜਿੰਨਾ ਕਿ ਵੀ ਝਾੜਿਆ ਜਾ ਸਕਦਾ ਇਧਰ ਉਧਰੋ ਝਾੜੋ ਪੈਸਾ ਕੀ ਗੱਲ ਜਿੱਦਣ ਤੁਸੀਂ ਵਾਅਦੇ ਕਰਦੇ ਸੀ ਉਦੋਂ ਉਣੀ ਜੀ ਬਤਾ ਖਜ਼ਾਨਾ ਕਿਹੋ ਜਿਹਾ ਹੁਣ ਜੀ ਤੁਸੀਂ ਬਾਰ ਬਾਰ ਕਦੀ ਉਹਦੇ ਅੱਗੇ ਝੋਲੀ ਾੜਦੇ ਕਦੀ ਉਹਦੇ ਅੱਗੇ ਝੋਲੀ ਾੜਦੇ ਆ ਆਹ ਟਰਸਟ ਬਣ ਗਿਆ ਚੀਮਾ ਜੀ ਉਹਦੇ ਮੈਂਬਰ ਤੇ ਸੀਨੀਅਰ ਮਿਨਿਸਟਰ ਮੈਂਬਰ ਤੇ ਚੀਫ ਸੈਕਟਰੀ ਉਹਦਾ ਸੈਕਟਰੀ ਤੇ ਬਾਕੀ ਹੋਰ ਇਧਰ ਉਧਰ ਕੁਝ ਨਹੀਂ ਹੋਣਾ ਇਹਨਾਂ ਨਾਲ ਹੂੰ ਟਰਸਟ ਦੇ ਉੱਤੇ ਕਿਸੇ ਦਾ ਕੋਈ ਟਰਸਟ ਨਹੀਂ ਹੈਗਾ ਥੇਰ ਇਜ਼ ਅ ਲਾਟ ਆਫ ਡਿਸਟਰਸਟ ਐਂਡ ਮਿਸਟਰਸਟ ਉਸ ਨੂੰ ਦੂਰ ਤਾਂ ਕਰੋਗੇ ਤੁਹਾਡੇ ਕੋਲ ਸਿਸਟਮ ਪੂਰਾ ਹੈਗਾ ਪਹਿਲਾਂ ਹੀ ਬਿੰਨੂ ਸਮਝ ਨਹੀਂ ਆਉਂਦੀ ਕਿ ਜਿਹੜੇ ਸਿਸਟਮ ਹੈ ਉਹਨੂੰ ਛੱਡ ਕੇ ਇੱਕ ਨਵਾਂ ਸਿਸਟਮ ਖੜਾ ਕਰ ਦਿੰਦੇ ਆ ਉਹਦੇ ਉਹ ਹੱਲ ਕਿਵੇਂ ਆ ਤੁਹਾਡੇ ਕੋਲ ਸਿਸਟਮ ਆ 5000 ਦੇ ਕਰੀਬ ਹੈਲਥ ਸੈਂਟਰ ਹੈ ਗਿਆ ਉਹ ਤੇ ਚੱਲ ਨਹੀਂ ਰਹੇ ਤੁਸੀਂ ਇੱਕ ਨਵਾਂ ਵਿੱਚ ਪੇਚਾ ਖੜਾ ਕਰ ਦਿੱਤਾ ਕਿ 75 80 ਦੀ 75ਵੇਂ ಶತਦੀ ਦੇ ਉੱਤੇ ਅਸੀਂ ਆਜ਼ਾਦੀ ਦੀ ಶತਦੀ ਦੇ ਉੱਤੇ ਉਹ ਕਿਹੜੇ ਖੋਲਣੇ ਆਸੀਂ ਮਹੱਲਾ ਕਲੀਨਿਕ ਖੋਲਣੇ ਆ ਆ ਉਹਦੇ ਚ ਕੀ ਵੀ ਕੋਈ ਨਵੇਂ ਉਥੇ ਸਰਦਾਈ ਪਲਾਇਆ ਕਰਨੀ ਬਦਾਮਾਂ ਦੀ ਕੋਟ ਕੋਟ ਤੇ ਤੁਸੀਂ ਲੋਕਾਂ ਨੂੰ ਵੀ ਸਿਹਤਾਂ ਠੀਕ ਹੋ ਜਾਣਗੀਆਂ ਕਿਹੜੀ ਗੱਲ ਆ ਮੈਨੂੰ ਦੱਸੋ ਜੇ ਡਾਕਟਰ ਤੁਸੀਂ ਉਥੇ ਰੱਖਦੇ ਹੋ ਤੇ ਪਹਿਲੀ ਵਾਲੀ ਜਗ੍ਹਾ ਰੱਖੋ ਉਹ ਮੁਫਤ ਦੀ ਜਗ੍ਹਾ ਆ ਉਹ ਸਰਕਾਰ ਦੇ ਪੈਸੇ ਲੱਗੇ ਟੈਕਸਪੇਅਰ ਦੇ ਪੈਸੇ ਲੱਗੇ ਲੋਕਾਂ ਦੀਆਂ ਪੰਚਾਇਤਾਂ ਦੀਆਂ ਜ਼ਮੀਨਾਂ ਉਥੇ ਹੈ ਸਾਰਾ ਕੁਝ ਹੈ ਸਟਰਕਚਰ ਹੈ ਢਾਂਚਾ ਹੈ ਉਹਨੂੰ ਤੁਸੀਂ ਅਜਾੜ ਦਿਓ ਇੱਕ ਨਵਾਂ ਬਣਾ ਦਿਓ ਕਿਉਂਕਿ ਕੇਜਰੀਵਾਲ ਨੇ ਕਿਹਾ ਹੁਣ ਸਕੂਲਾਂ ਦਾ ਗੇੜੇ ਮਾਰਦੇ ਫਿਰਦੇ ਆ ਕਦੀ ਦਿੱਲੀ ਮਾਰਦੇ ਆ ਫਿਰ ਯੂਰਪ ਚ ਜਾਣਗੇ ਟੀਚਰ ਜਿਹਨੂੰ ਝੂਟੇ ਦਿਵਾਉਣੇ ਦਵਾ ਦਿਓ ਪਰ ਇਹ ਕਿਤੇ ਦੇਖਣ ਦੀ ਕਮੀ ਕਰਕੇ ਪੰਜਾਬ ਦੇ ਸਕੂਲ ਪਹਿਲਾਂ ਹੀ ਠੀਕ ਹੈ ਜੇ ਕੰਮੇ ਨਹੀਂ ਕਰਨਾ ਤੇ ਨਹੀਂ ਕਰਨਾ ਕੰਮ ਜੇ ਤੁਹਾਡੇ ਕੋਲ ਲਿਆ ਨਹੀਂ ਜਾਂਦਾ ਤੇ ਛੱਡ ਦਿਓ ਕੋਈ ਹੋਰ ਲੈ ਲੂਗਾ ਤੁਸੀਂ ਕੰਮ ਲਓ ਟੀਚਰਾਂ ਦੀਆਂ ਮੀਟਿੰਗਾਂ ਕਰੋ ਯੂਨੀਅਨਾਂ ਨਾਲ ਮੀਟਿੰਗਾਂ ਕਰੋ ਜੋ ਉਹਨਾਂ ਦੀਆਂ ਮੰਗਾਂ ਉਹਨਾਂ ਨੂੰ ਦੱਸੋ ਵੀ ਆ ਸਾਡੇ ਪੱਲੇ ਆ ਇੰਨਾ ਕਿ ਤੁਹਾਨੂੰ ਮਿਲਣਾ ਜੇ ਬਹੁਤਾ ਤੁਸੀਂ ਟੈਂਕੀਆਂ ਤੇ ਨਾ ਚੜੋ ਇੰਨਾ ਕੁ ਸਿਸਟਮੈਟਿਕਲੀ ਕਰਾਂਗੇ ਜਾਂ ਸਾਨੂੰ ਉਹਨਾਂ ਟੀਚਰਾਂ ਨਾਲ ਸਲਾਹ ਕਰੋ ਪੜ੍ਹੇ ਲਿਖੇ ਲੋਕ ਆ ਵੀ ਐ ਆ ਘਾਟੇ ਸਾਨੂੰ ਪੈਸਾ ਦੱਸੋ ਕਿੱਥੋਂ ਲਈਏ ਟੀਚਰ ਕੋਈ ਟਰਸਟ ਬਣਾ ਕੇ ਪੈਸਾ ਇਕੱਠਾ ਕਰਕੇ ਸਰਕਾਰ ਨੂੰ ਦੇ ਦੇਣ ਤੇ ਸਮਝ ਪੈਂਦੀ ਆ ਭੁੱਖੀ ਮਰਦੀ ਸਰਕਾਰ ਹੀ ਹੁਣ ਮੰਗਤੇ ਬਣ ਕੇ ਬੈਠ ਗਈ ਆ ਟਰਸਟ ਦਾ ਕਰਕੇ ਕਿ ਦਿਓ ਪੈਸੇ ਪਾਓ 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 ਕਿਸੇ ਨੂੰ ਕੋਈ ਭਰੋਸਾ ਨਹੀਂ ਚੁਣੇ ਹੋਏ ਮੈਂਬਰ ਮੰਤਰੀ ਹੈਗੇ ਆ ਔਰ ਜੇ ਕੋਈ ਗੱਲ ਹੈਗੀ ਆ ਤੇ ਉੱਥੇ ਤੁਸੀਂ ਕਰੋ ਇਹ ਇੱਕ ਨਵਾਂ ਤਰੀਕਾ ਕੱਢ ਲਿਆ ਕੇ ਪੈਸੇ ਇਕੱਰੀ ਹੱਥ ਚ ਲਾਓ ਤੇ ਟਰਸਟਾਂ ਦਾ ਤੁਹਾਨੂੰ ਪਤਾ ਹੀ ਹੈ ਜੋ ਜਿਸ ਢੰਗ ਨਾਲ ਚੱਲਦਾ ਉਹ ਫਿਰ ਅਲਟੀਮੇਟਲੀ ਪ੍ਰਾਈਵੇਟ ਪੈਸਾ ਹੀ ਹੋ ਉਹ ਨਿਪਟਦਾ ਆ ਕੋਈ ਵੀ ਉਹ ਕਾਇਦੇ ਕਾਨੂੰਨਾਂ ਦੇ ਵਿੱਚ ਉਹੋ ਜੀਆਂ ਪਰਚੀਆਂ ਪਾ ਕੇ ਉਹੋ ਜੀਆਂ ਰਸੀਦਾਂ ਪਾ ਕੇ ਉਹੋ ਜੀਆਂ ਤੇ ਹੁਣ ਫਿਰ ਉਸ ਤਰੀਕੇ ਦੇ ਕੇਜਰੀਵਾਲ ਦਾ ਮਾਡਲ ਇੱਥੇ ਲਾਗੂ ਹੋਊਗਾ ਟਰਸਟ ਰਾਈ ਮੈਨੂੰ ਨਹੀਂ ਲੱਗਦਾ ਕਿ ਜਿਹੜਾ ਸੁਧਾਰ ਲੋਕ ਉਮੀਦਾਂ ਲਾਈ ਬੈਠੇ ਆ ਗਰੀਬ ਉਮੀਦਾਂ ਲਾਈ ਬੈਠੇ ਆ ਪਛੜੇ ਲੋਕ ਤੇ ਦਲਿਤ ਉਮੀਦਾਂ ਲਾਈ ਬੈਠੇ ਆ ਔਰਤਾਂ ਉਮੀਦਾਂ ਲਾਈ ਬੈਠੀਆਂ ਉਹਦੇ ਤੇ ਪੂਰਾ ਉਤਰਨਗੇ ਇਹ ਜਿਆਦਾ ਇੱਕ ਅਲਝਾਉਣ ਵਾਲੀ ਗੱਲ ਤੇ ਲੋਕਾਂ ਦੀ ਮਾਨਸਿਕਤਾ ਨੂੰ ਅਲਝਾਉਣ ਵਾਲੀ ਤੇ ਇੱਧਰ ਉੱਧਰ ਜਿਹੜੀ ਧਿਆਨ ਹਟਾਉਣ ਵਾਲੀ ਗੱਲ ਮੋٹے ਤੌਰ ਤੇ ਤੁਸੀਂ ਕਹੋਗੇ ਉਸ ਪਾਸੇ ਨੂੰ ਹੈ ਇਹਦੇ ਚੋਂ ਬਹੁਤਾ ਕੁਝ ਨਹੀਂ ਨਿਕਲਦਾ ਇਸ਼ਤਿਹਾਰबाजी ਤੁਸੀਂ ਦੇਖੀ ਹੋਣੀ ਪ੍ਰੋਫੈਸਰ ਸਭ ਸ਼ਾਇਦ ਲੋਕਾਂ ਨੇ ਇੰਨੇ ਗੌਰ ਨਾਲ ਅਖਬਾਰ ਨਾ ਪੜ੍ਹੇ ਹੋਵੇ ਅੱਜ ਕਾਫੀ ਰਹੀ ਕਿ ਜਿਵੇਂ ਇਹਨਾਂ ਨੇ ਇਸ਼ਤਿਹਾਰ ਲਾਇਆ ਇਹ ਲੱਗਦਾ ਕਿ ਜਿਵੇਂ ਖਬਰਾਂ ਨੇ ਉਹ ਪਹਿਲੀ ਨਜ਼ਰੇ ਤਾਂ ਮੈਨੂੰ ਵੀ ਨਹੀਂ ਪਤਾ ਲੱਗਿਆ ਪਰ ਜਦੋਂ ਚਰਚਾ ਹੋਈ ਤੇ ਫਿਰ ਪਤਾ ਲੱਗਿਆ ਕਿ ਵਾਕਈ ਇਹ ਤਾਂ ਲੋਕਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਉਣ ਵਾਲਾ ਕੰਮ ਹੈ ਲੋਕਾਂ ਨੂੰ ਜੇ ਪਹਿਲਾਂ ਤਾਂ ਸਪਲੀਮੈਂਟ ਲੋਕ ਦੇਖ ਲੈਂਦੇ ਸੀ ਜਾਂ ਫਿਰ ਲੋਕਾਂ ਨੂੰ ਫੁੱਲ ਪੇਜ ਦਾ ਇਸ਼ਤਿਹਾਰ ਆ ਜਾਂਦਾ ਸੀ ਤੇ ਹੁਣ ਤਾਂ ਖਬਰਾਂ ਹੀ ਫੁੱਲ ਪੇਜ ਦੇ ਵਿੱਚ ਨਿੱਕੇ ਨਿੱਕੇ ਜੜਤੀਆਂ ਮੰਤਰੀ ਸਾਹਿਬ ਕੀ ਕਹਿ ਰਹੇ ਨੇ ਮੁੱਖ ਮੰਤਰੀ ਕੀ ਕਹਿ ਰਹੇ ਨੇ ਯਾਨੀ ਲੋਕਾਂ ਨੂੰ ਸਮਝ ਨਹੀਂ ਲੱਗਦੀ ਇਹ ਦੱਸਣਾ ਪਊਗਾ ਥੋੜਾ ਜਿਹਾ ਜਿਸ ਤਰ੍ਹਾਂ ਆ ਹੁਣ ਸਾਡੇ ਕੋਲ ਪੇਜ ਇੱਕ ਹੈਗਾ ਅਖਬਾਰ ਦਾ ਇਹ ਐਸ ਪੇਜ ਦੇ ਥੱਲੇ ਜਿਹੜਾ ਖੁਰਦਬੀਨ ਨਾਲ ਪੜਿਆ ਜਾਏ ਇਥੇ ਨੀਕਾ ਜਾਂ ਬਰੀਕ ਜਿਹਾ ਲਿਖਿਆ ਹੋਇਆ ਐਡਵਰਟਾਈਜ਼ਮੈਂਟ ਤੇ ਸਾਰੇ ਦਾ ਸਾਰੇ ਪੇਜ ਦੇ ਵਿੱਚ ਐਸੀ ਤਰ੍ਹਾਂ ਹੀ ਖਬਰਾਂ ਜਿਵੇਂ ਆ ਦਿਖ ਰਹੀਆਂ ਬਿਆਨ ਲੱਗੇ ਹੋਏ ਆ ਸਾਰੇ ਭਗਵੰਤ ਮਾਨ ਦੇ ਹੋਰ ਨਾ ਦੇ ਲੀਡਰਾਂ ਦੇ ਸਰਕਾਰੀ ਸਰਕਾਰੀ ਐਡਵਰਟਾਈਜ਼ਮੈਂਟ ਆ ਭਾਈ ਤੁਸੀਂ ਸਿੱਧਾ ਉੱਤੇ ਜਿਵੇਂ ਬਾਕੀ ਐਡਵਰਟਾਈਜ਼ਮੈਂਟ ਆ ਉਹ ਥੋੜੀ ਆ ਤੁਸੀਂ ਲੋਕਾਂ ਨੂੰ ਬੇਬਕੂ ਬਣਾ ਕੇ ਕਿਹੜਾ ਥੱਲੇ ਥੱਲੇ ਪੈਰ ਜੇ ਦੇ ਵਿੱਚ ਜਾ ਕੇ ਦੇਖਦਾ ਕਿ ਇਹ ਐਡਵਰਟਾਈਜ਼ਮੈਂਟ ਹੈ ਜਾਂ ਉੱਪਰ ਮੋਟਾ ਸਾਰਾ ਝੰਡਾ ਲਾਇਆ ਹੋਵੇ ਕਿ ਐਡਵਰਟਾਈਜ਼ਮੈਂਟ ਹੈ ਲੋਕਾਂ ਨੂੰ ਪਤਾ ਲੱਗ ਜਾਏ ਕਿ ਪ੍ਰੋਪਾਗੈਂਡਾ ਹੋਗਦਾ ਪੇਜ ਪੜ ਲੈਣ ਇੱਥੇ ਜ਼ਰੂਰ ਆਪਣਾ ਟਾਈਮ ਬਰਬਾਦ ਕਰਨਾ ਇਹ ਤੇ ਪ੍ਰੋਪਾਗੈਂਡਾ ਨਾ ਕਿਉਂਕਿ ਲੋਕ ਪ੍ਰੋਪਾਗੈਂਡੇ ਤੋਂ ਪ੍ਰਭਾਵਿਤ ਨਹੀਂ ਕਿਉਂਕਿ ਲੋਕ ਸਰਕਾਰਾਂ ਦੇ ਪਰੋਸਾ ਨਹੀਂ ਕਿਉਂਕਿ ਲੋਕ ਉਹਨਾਂ ਦੇ ਪ੍ਰੋਪਾਗੈਂਡੇ ਨੂੰ ਦੁਖੀ ਹੋ ਕੇ ਪੜਨਾ ਨਹੀਂ ਚਾਹੁੰਦੇ ਫਿਰ ਹੁਣ ਇਹ ਤਰੀਕਾ ਵੀ ਧੋਖੇ ਨਾ ਪੜਾਓ ਜੇ ਮੈਂ ਟਾ ਕੇ ਦਵਾਈ ਦੇਣੀ ਹੁੰਦੀ ਕਿਸੇ ਉਏ ਜਿਤਨਾ ਲੂਣ ਦੇਣਾ ਹੁੰਦਾ ਉਹ ਗੱਲ ਲੱਗ ਗਿਆ ਫਿਰ ਗਧੇ ਨੇ ਖਿੱਚ ਲਈਏ ਕਰੀ ਨਾਲੀ ਨਾਲ ਹੀ ਚਲੇ ਗਈ ਤਾਂ ਉਹ ਤੇ ਸਾਨੂੰ ਕਪਤਾ ਹੁੰਦੀ ਸੀ ਪੰਜਵੀਂ ਜਮਾਤ ਦੇ ਵਿੱਚ ਪਈ ਉਹ ਨਾਲੀ ਖਿੱਚ ਕੇ ਲੈ ਗਿਆ ਗਦਾ ਤੇ ਉਹ ਗੱਲ ਲੱਗ ਹੈਗੀ ਆ ਹੁਣ ਇਸ ਤਰੀਕੇ ਨਾਲ ਲੋਕਾਂ ਦਾ ਬੇਵਕੂਫ ਬਣਾ ਕੇ ਕਿੰਨੀ ਕੁ ਦੇਰ ਤੱਕ ਆ ਜਿੱਤੇ ਬਹੁਤ ਲੰਬਾ ਸਫਰ ਹੈ ਜਿਹਦੇ 5 ਮਹੀਨੇ ਚੱਲੇ ਆ ਤੇ ਅਜੇ 5 ਸਾਲ ਚੱਲਣਾ ਭਾਈ ਇਹ ਨਿਆ ਡਰਾਮੇ ਬਾਜੀ ਨਾਲ ਪਰਦੇ ਪਾਉਣ ਦੇ ਨਾਲ ਤੇ ਹੋਰ ਧੋਖੇ ਨਾਲ ਲੋਕਾਂ ਨੂੰ ਖਬਰਾਂ ਹੋਣ ਕੁਝ ਹੋਰ ਤੇ ਦੱਸ ਕੇ ਕੁਝ ਹੋਰ ਨਹੀਂ ਕੰਮ ਚੱਲਣਾ ਤੁਸੀਂ ਲੋਕਾਂ ਦਾ ਸਾਥ ਤੇ ਲੋਕਾਂ ਦਾ ਵਿਸ਼ਵਾਸ ਲੈ ਕੇ ਚੱਲੋ ਸ਼ਾਇਦ ਕਈ ਮਸਲਿਆਂ ਦੇ ਹੱਲ ਨਿਕਲ ਜਾਣ ਜੀ ਪ੍ਰੋਫੈਸਰ ਸਾਹਿਬ ਆਪਣੇ ਕੋਲੇ ਸਮਾਂ ਸੀਮਤ ਹੈ ਤੇ ਇੱਕ ਦੋ ਹੋਰ ਖਬਰਾਂ ਕਰਦੇ ਆ ਇੱਕ ਤਾਂ ਤੁਸੀਂ ਦੇਖਿਆ ਹੋਣਾ ਕਿ ਲੋਕ ਜਿਹੜੇ ਨੇ ਇਸ ਗੱਲ ਦੀ ਇhtियारਵਾਜ਼ੀ ਮੰਗਦੇ ਨੇ ਕਿ ਸਰਕਾਰ ਤਸੇ ਕਿ ਕਿਤੇ ਕੀ ਕਰਨ ਵਾਲਾ ਛਾਪੇ ਮਾਰਨਾ ਵਿਰੋਧੀ ਧਿਰਾਂ ਦਾ ਕੰਮ ਹੈ ਵਿਰੋਧੀ ਧਿਰ ਤੋਂ ਬਾਹਰ ਆ ਕੇ ਸਰਕਾਰ ਨੂੰ ਦੇਖਣਾ ਚਾਹੀਦਾ ਹੈ ਕਿ ਉਹਨ ਲੋਕਾਂ ਲਈ ਅਸੀਂ ਕਿਹੜਾ ਫੈਸਲਾ ਲਈਏ ਕਿਹੜਾ ਕੰਮ ਕਰੀਏ ਜਿਹਦੇ ਨਾਲ ਲੋਕ ਕਹਿਣ ਕਿ ਆ ਵੀ ਸਰਕਾਰ ਨੇ ਚੰਗਾ ਕੰਮ ਕੀਤਾ ਆਪੇ ਮੂੰਹ ਮੂੰਹ ਹੀ ਇਧਰ ਉਧਰ ਬਿਆਨ ਲੋਕ ਇੱਕ ਦੂਜੇ ਨੂੰ ਦੱਸੀ ਜਾਣ ਕੇ ਬਹੁਤ ਚੰਗਾ ਕੰਮ ਵਾ ਵਾ ਕਰਦੀ ਸਰਕਾਰ ਨੇ ਮੈਂ ਮਾਨ ਸਾਹਿਬ ਦਾ ਜ਼ਿਕਰ ਕਰਨ ਲੱਗਿਆ ਜਿੱਥੇ ਪਿੰਡ ਜਿਹੜਾ ਆ ਉਹ ਜਲਥਲ ਹੋਇਆ ਪਿਆ ਗੰਦੇ ਪਾਣੀ ਦੇ ਨਾਲ ਤੇ ਕਹਿੰਦੇ ਜਿਹੜੇ ਐਮ ਐਲ ਏ ਸਾਹਿਬ ਨੇ ਉਹ ਕਿਤੇ ਖਾੜਾ ਲਾਂ ਚਲੇ ਗਏ ਬਲਕਾਰ ਸਿੱਧੂ ਚਲੋ ਉਹ ਮੈਂ ਉਸ ਗਲਦਨੀ ਉਤੇ ਲੋਕਾਂ ਦਾ ਗੁੱਸਾ ਆ ਔਰਤਾਂ ਦਾ ਗੁੱਸਾ ਨੌਜਵਾਨਾਂ ਦਾ ਗੁੱਸਾ ਹੈਗਾ ਪਰ ਇਹ ਤੇ ਵੈਸੀ ਭਗਵੰਤ ਮਾਨ ਨੇ ਤੇ ਕਿਹੜਾ ਜਾਣਾ ਕੋਈ ਕਿਸ਼ਤੀ ਲੈ ਕੇ ਥੋੜੀ ਜਾਣਾ ਜੇ ਪਾਣੀ ਜ਼ਿਆਦਾ ਉਹ ਹੈਲੀਕਾਪਟਰ ਨਾਲ ਹੀ ਵੀ ਉੱਪਰੋਂ ਹੀ ਦੇਖ ਆਏ ਜਾ ਕੇ ਵੀ ਕਈ ਪਿੰਡ ਡੁੱਬ ਗਏ ਉੱਤੋਂ ਦੀ ਝੂਟਾ ਜਿਆ ਦੇ ਕੇ ਆ ਜੇ ਆ ਕੇ ਦੱਸੇ ਉਹਨੂੰ ਜਾ ਕੇ ਸੈਕਟਰੀਆਂ ਨੂੰ ਖਿੱਚੇ ਕੁਲਦੀਪ ਸਿੰਘ ਜਿਹੜੇ ਢਾਲੀ ਵਾਲਿਆ ਉਹਨਾਂ ਨਾਲ ਵੀ ਗੱਲ ਕਰੇ ਪੰਚਾਇਤ ਤੇ ਵਿਕਾਸ ਮੰਤਰੀ ਅਗੇ ਖੇਤੀਬਾੜੀ ਮੰਤਰੀ ਇਸ ਕਿਸਮ ਦੇ ਸਾਰੇ ਬੰਦਿਆਂ ਨੂੰ ਕਰਕੇ ਉਹਨਾਂ ਦਾ ਉਹ ਕਈ ਦਿਨਾਂ ਦੇ ਪਿੱਟ ਰਹੇ ਆ ਉਸ ਪਾਸੇ ਉਹ ਪਾਣੀ ਥੋੜਾ ਰੁਕਿਆ ਉਹ ਬੈਕ ਮਾਰਿਆ ਉਹ ਪਾਣੀ ਦੇ ਵਿੱਚ ਸੇਮ ਪੈ ਗਈ ਲੱਗਦਾ ਪਾਣੀ ਚ ਵਾਕਿਆ ਹੀ ਘਰ ਡੁੱਬੇ ਪਏ ਆ ਉਹ ਕਹਿੰਦੇ ਸਾਡੇ ਕਈਆਂ ਨੇ ਪਿੰਡ ਵੇਚਣੇ ਲਾਏ ਜਿਨ੍ਹਾਂ ਨੇ ਕਿਹਾ ਸੀ ਪਿੰਡ ਵਿਖਾਉ ਉਹ ਕਹਿੰਦੇ ਅਸੀਂ ਤੇ ਛੱਡ ਜਾਵਾਂਗੇ ਸਾਨੂੰ ਤੇ ਪੰਜਾਬ ਨਾਲ ਮੋਹ ਦੀਆਂ ਗੱਲਾਂ ਨਾ ਕਰੋ ਸਾਨੂੰ ਸਾਡਾ ਜਿੱਥੇ ਕਾਫੀ ਆ ਇੰਨਾ ਤਾਂ ਗਿਆ ਕਿ ਸਾਨੂੰ ਪੁੱਛਦਾ ਹੀ ਕੋਈ ਨਹੀਂ ਅਸੀਂ ਕਿਤੇ ਵੀ ਜਾਈਏ ਜਿਵੇਂ ਹੁਣ ਜਿਹੜੇ ਕੈਨੇਡਾ ਅਮਰੀਕਾ ਸਾਡੇ ਜਾਣ ਲਈ ਬਸਤਾ ਬਣ ਕੇ ਤਿਆਰ ਹੀ ਬੈਠੇ ਆ ਉਹ ਪੰਜਾਬ ਦੇ ਮੋਹ ਲਈ ਇੱਥੇ ਬੈਠੇ ਰਹਿਣਗੇ ਜਿਹੜਾ ਪੰਜਾਬ ਉਹਨਾਂ ਨੂੰ ਪੁੱਛਦਾ ਹੀ ਨਹੀਂ ਕੋਈ ਰਜਗਾਰ ਨਹੀਂ ਕੋਈ ਪੜ੍ਹਾਈ ਨਹੀਂ ਕੋਈ ਪਵੇਖ ਨਹੀਂ ਉਹ ਕਹਿੰਦੇ ਚੰਗਾ ਫਿਰ ਦੀ ਸਾਸਰੀ ਕਾਲ ਅਸੀਂ ਫਿਰ ਹੁਣ 10 ਸਾਲ ਬਾਅਦ ਹੀ ਤੁਹਾਡੇ ਵੱਲ ਦੇਖਾਂਗੇ ਤੁਸੀਂ ਕਿੱਥੇ ਗਏ ਆ ਤੇ ਅਸੀਂ ਕਿੱਥੇ ਆ ਇਹੇ ਹਾਲ ਉੱਥੇ ਪਿੰਡੋਂ ਪਿੰਡੀ ਹੋਇਆ ਪਿਆ ਉਹ ਗੁੱਸੇ ਜਾ ਕੇ ਕਹਿ ਰਹੇ ਕਿ ਸਾਡਾ ਨਾਂ ਤੇ ਫਿਰ ਹੁਣ ਸੂਰਵਾੜਾ ਹੀ ਰੱਖ ਦਿਓ ਪਿੰਡ ਦਾ ਤੂਰਵਾਲ ਰੱਖ ਦਿਓ ਮਤਲਬ ਬੜੇ ਦੁਖੀ ਹੋ ਕੇ ਤੇ ਬੜੇ ਗਰਜ ਕੇ ਔਰਤਾਂ ਵੀ ਦੇਖ ਰਹੀ ਸੀ ਮੇਰਾ ਖਿਆਲ ਉਹ ਜਿੰਨੇ ਵੀ ਪਿੰਡ ਉੱਥੇ ਪਾਣੀ ਦੀ ਮਾਰ ਵਿੱਚ ਆਏ ਆ ਉਹਨਾਂ ਨੂੰ ਤੁਰੰਤ ਰਾਹਤ ਦੇਣੀ ਚਾਹੀਦੀ ਔਰ ਪਾਣੀ ਦੀ ਨਿਕਾਸੀ ਦਾ ਕੋਈ ਜਗ੍ਹਾ ਬਣਾਉਣੀ ਚਾਹੀਦੀ ਫਿਰ ਲੋਕ ਕਹਿ ਦਿੰਦੇ ਨੇ ਕਿ ਸਰਕਾਰ ਜਿਹੜੀ ਆ ਉਹ ਪਿੰਡਾਂ ਵਾਲੇ ਪਾਸੇ ਪਤਾ ਨਹੀਂ ਕਿਉਂ ਭੱਜਦੀ ਆ ਕਿਉਂ ਕਿਸਾਨਾਂ ਦੇ ਮਗਰ ਲੱਗੀ ਰਹਿੰਦੀ ਆ ਕਿ ਕਿਸਾਨਾਂ ਦਾ ਕਰਜ਼ਾ ਮਾਫ਼ ਕਰ ਦਿਓ ਕਿਸਾਨ ਮਰਦੇ ਨੇ ਜੀ ਸਰਕਾਰ ਨੂੰ ਕਿਸਾਨਾਂ ਦਾ ਫਿਕਰ ਕਿਉਂ ਰੰਦਾ ਰਹਿਣਾ ਕਿਉਂ ਨਹੀਂ ਮੈਂ ਪ੍ਰੋਫੈਸਰ ਨਾਲ ਗੱਲ ਕਰਨ ਲੱਗਾ ਲੰਪੀ ਸਕਿਨ ਬਿਮਾਰੀ ਦੀ ਕਹਿੰਦੇ 에어 ਲਿਫਟ ਕਰਾ ਲਈ ਦਵਾਈ ਸਰਕਾਰ ਨੇ ਜੋ ਕੁਝ ਕਰਨਾ ਸੀ ਉਹ ਕਹਿੰਦੇ ਕਰਤਾ ਆਪਣੇ ਵੱਲੋਂ ਟੀਮਾਂ ਵੜਾਤੀਆਂ ਪਰ ਜਿਹੜੇ ਵਿਚਾਰੇ ਕਿਸਾਨਾਂ ਦੀਆਂ گاਵਾਂ ਮਰ ਗਈਆਂ ਉਹਨਾਂ ਦੇ ਪੁੱਤਾਂ ਵਾਂਗ ਪਾਲੇ ਪਸ਼ੂ ਜਿਹੜੇ ਨੇ ਉਹ ਮਰ ਗਏ ਤੇ ਉਹਨਾਂ ਨੂੰ ਜਿਹੜਾ ਘਾਟਾ ਪਿਆ ਲੱਖਾਂ ਦਾ ਤੁਸੀਂ ਉਹ ਚੋਂ ਕਿਵੇਂ ਬਾਹਰ ਕੱਢੋਗੇ ਉਹਨਾਂ ਨੂੰ ਦੇਖੋ ਇਹ ਤੇ ਸਰਕਾਰ ਦੀ ਬਦਕਿਸਮਤੀ ਆ ਭਾਂਡੇ ਖੜਕ ਰਹੇ ਆ ਪੈਸਾ ਹੈ ਨਹੀਂ ਭੀਖ ਮੰਗ ਰਹੇ ਆ ਕਿ ਟਰਸਟ ਬਣਾ ਕੇ ਪੈਸੇ ਸਾਨੂੰ ਕੋਈ ਦੇ ਦਿਓ ਉਹੀ ਹਾਲਤ ਬਣੀ ਪਈ ਐ ਏ ਢਿੱਡ ਚੁੱਕ ਕੇ ਵਿਖਾਉਣ ਵਾਲੀ ਗੱਲ ਆ ਵੀ ਸਾਡੇ ਕੋਲ ਕੱਖ ਨਹੀਂ ਹੈਗਾ ਅ ਹੁਣ ਇੰਨਾ ਹਾਲਾਤਾਂ ਚ ਜਦੋਂ ਇੰਨੀ ਆਪਣੀ ਹੈ ਨਾ ਹੈ ਨਾ ਗੁਜ਼ਰੀ ਹੋਈ ਐ ਇਨਾਂ ਲਈ ਹੈ ਤੇ ਚੁਣੌਤੀ ਪਰ ਦੂਸਰੇ ਪਾਸੇ ਇਹ ਵੀ ਦੇਖੋ ਵੀ ਜੇ ਨਿੱਕੀ ਜਿਹੀ ਗੁਲਾਬੀ ਸੁੰਡੀ ਲਈ ਤੁਸੀਂ ਕੰਪਨਸੇਸ਼ਨ ਦਿੰਨੇ ਆ ਜੇ ਤੁਸੀਂ ਚਿੱਟੀ ਮੱਖੀ ਜਿਹੜੀ ਤੇਲੀਆ ਜਿਹਾ ਦਿਖਦਾ ਵੀ ਨਹੀਂ ਨੰਗੀ ਅੱਖ ਨਾਲ ਉਹਦੇ ਲਈ ਕੰਪਨਸੇਸ਼ਨ ਦਿੰਨੇ ਕੱਲਾ ਕਿਸਾਨਾਂ ਨੂੰ ਨਹੀਂ ਚੁਗਾਈ ਵਾਲਿਆਂ ਨੂੰ ਵੀ ਦੋਗੇ ਅੱਜ ਫੈਸਲਾ ਹੋਇਆ ਜੀ ਜਿੰਨਾਂ ਦਾ ਰੁਜ਼ਗਾਰ ਮਾਰਿਆ ਗਿਆ ਦਲਤ ਔਰਤਾਂ ਦਾ ਬੰਦਿਆਂ ਦਾ ਜਿਹੜਾ ਨਰਮੇ ਦੀ ਚੁਗਾਈ ਕਰਨੀ ਸੀ ਜਿਨ੍ਹਾਂ ਨੇ ਨਰਮਾ ਮਾਰਿਆ ਗਿਆ ਤੇ ਉਹਨਾਂ ਦੀ ਮਜ਼ਦੂਰੀ ਵੀ ਗਈ ਉਹਦਾ ਵੀ ਤੁਸੀਂ ਕੰਪਨਸੇਸ਼ਨ ਦੋਗੇ ਇਹਨਾਂ ਨੇ ਕੀ ਰੱਬ ਦੇ ਕੀ ਮਾਂ ਮਾਰੇ ਹੋਇਆ ਕਿ ਤੁਸੀਂ ਇਨ੍ਹਾਂ ਕਿਸਾਨਾਂ ਦੀ ਬਾਤ ਨਹੀਂ ਪੁੱਛੋਗੇ ਸਰਵੇ ਹੋਣਾ ਚਾਹੀਦਾ ਔਰ ਇਨ੍ਹਾਂ ਨੂੰ ਕੰਪਨਸੇਟ ਕਰਨਾ ਚਾਹੀਦਾ ਹਾਲਤ ਇਹ ਹੈ ਕਿ ਜਿਹੜੀ ਤੁਹਾਡੀ ਇੱਥੇ ਦੀ ਯੂਨੀਵਰਸਿਟੀ ਹੈ ਗੜਵਾਸੂ ਅ ਵੈਟਰਨਰੀ ਯੂਨੀਵਰਸਿਟੀ ਲੁਧਿਆਣੇ ਦੇ ਵਿੱਚ ਉਹਦਾ ਵਾਈਸ ਚਾਂਸਲਰ 2 ਦਿਨ ਲਈ ਬਾਹਰ ਗਿਆ ਸੀ ਕੋਈ ਨਿੱਜੀ ਕੰਮ ਹੋਣਾ ਹੈ ਉੱਥੇ ਜਾ ਕੇ ਬੈਠ ਗਿਆ ਅੱਜ ਈ ਮਿਨਿਸਟਰ ਨੇ ਉੱਥੇ ਉਹਨਾਂ ਨੂੰ ਅਰਜੈਂਟ ਚਿੱਠੀ ਭੇਜ ਕੇ ਫੋਨ ਕੀਤਾ ਹੋਣਾ ਜਾਂ ਟੈਲੀਗ੍ਰਾਮ ਭੇਜੀ ਹੋਈ ਹੈ ਕਿ ਭਈ ਛੇਤੀ ਆ ਇੱਥੇ ਪਿੱਛੇ ਤੇ ਦੇਖ ਤੂੰ ਉੱਥੇ ਬਹਿ ਗਿਆ ਜਾ ਕੇ ਹੁਣ ਉਹ ਵੀ ਸ਼ਾਇਦ ਆਊ ਕੋਈ ਸ਼ਾਇਦ ਹੋਰ ਵੀ ਤਤਪਰਤਾ ਹੋਏ ਪਰ ਜਿੰਨਾ ਵੀ ਕਿਸਾਨਾਂ ਦਾ ਇਹ ਲੰਮੀ ਜਿਹੜੀ ਸਕਿਨ ਡਿਜ਼ੀਜ਼ ਹੈਗੀ ਆ ਉਹ ਨੀਤੇ ਉੱਜੜ ਜਾਣਗੇ ਕਰਜ਼ੇ ਥੱਲੇ ਦੱਬ ਜਾਣਗੇ ਉਹ ਉਹਨਾਂ ਨਾਲ ਬੇਇਨਸਾਫੀ ਹੋਊਗੀ ਮੈਂ ਕਿਹਾ ਜੇ ਉਸੇ ਤਰੀਕੇ ਨਾਲ ਜੇ ਤੁਸੀਂ ਪਰਾਲੀ ਫੂਕਣ ਵਾਲਿਆਂ ਦਾ ਵੀ ਕੰਪਨਸੇਸ਼ਨ ਦਿਨੇ ਹਰ ਚੀਜ਼ ਦਾ ਕੰਪਨਸੇਸ਼ਨ ਦਿਨੇ ਆ ਕਿਸਾਨਾਂ ਨੂੰ ਪਰ ਇਹਨਾਂ ਨੂੰ ਵੀ ਉਸੇ ਤਰੀਕੇ ਨਾਲ ਜ਼ਰੂਰ ਬਣਦਾ ਮੁਆਵਜ਼ਾ ਮੰਨ ਲਓ 50 ਲੱਖ ਦੀ ਗਾਂ ਹੀ ਹੈਗੀ ਹੈ ਜਿਆਦਾ ਜਾਂ 50 ਲੱਖ ਦੀ ਇਤਨੀ ਥੋੜੀ ਜਿਹੀ ਥੱਲੇ ਹੋਊਗੀ ਮੇਰੇ ਕੋਲ ਜਿਆਦਾ ਕਹੇ ਹੋਗੀ ਕਈ ਗਾਈਆਂ ਬਹੁਤ ਮਹਿੰਗੀਆਂ ਕਈ ਮੱਝਾਂ ਵੀ ਬਹੁਤ ਮਹਿੰਗੀਆਂ ਆ ਜੇ 5 ਲੱਖ ਦੀ ਕੋਈ ਜਾਂ ਇਸ ਤਰ੍ਹਾਂ ਵਧੀਆ ਜਾਂ ਹੋਰ ਬੰਦਸਲਾਨੀਆਂ ਗਾਈਆਂ ਹੈਗੀਆਂ ਆ ਤਾਂ ਉਹਦਾ ਕੁਝ ਹਿੱਸਾ ਟੁਕੜ ਟੁਕੜ ਕੰਪਨਸੇਸ਼ਨ ਜਰੂਰ ਹੋਣਾ ਚਾਹੀਦਾ ਆ ਇਸ ਕਿਸਮ ਦਾ ਕੋਈ ਨਾ ਕੋਈ ਪ੍ਰਾਵਧਾਨ ਫਾਰਮੂਲਾ ਕੱਢ ਲੈਣਾ ਚਾਹੀਦਾ ਆ ਆਖਰੀ ਖਬਰ ਪਰ ਸਭ ਕੇ ਜਿਹੜੇ ਡਾਕਟਰ ਰਾਜਬਹਾਦਰ ਅਸਤੀਫਾ ਉਹਨਾਂ ਦਾ ਮਨਜ਼ੂਰ ਕਰ ਲਿਆ ਸਰਕਾਰ ਨੇ ਉਹ ਕਹਿੰਦੇ ਕਿ ਅ ਹੁਣ ਨਵਾਂ ਜਿਹੜਾ ਬੀਸੀਓ ਲਾਇਆ ਜਾਏਗਾ ਚਲੋ ਲਾ ਦਿਓ ਬੀਸੀ ਦੀ ਤੇ ਘਾਟ ਕੋਈ ਨਹੀਂ ਇਹਨਾਂ ਨੇ ਵੀ 71 ਸਾਲ ਤੱਕ ਬਥੇਰਾ ਮਤਲਬ ਕੰਮਕੁਮਤੇ ਕਰ ਲਿਆ ਕੋਈ ਬਹੁਤੀ ਨੁਕਸਾਨ ਵਾਲੀ ਗੱਲ ਨਹੀਂ ਅ ਚੰਗਾ ਹੋਇਆ ਜਿਹੜਾ ਰੈਜ਼ੀਗਨੇਸ਼ਨ ਦਿੱਤਾ ਆਪਣੇ ਇੱਜ਼ਤ ਦੇ ਨਾਲ ਜੌਬ ਤੋਂ ਸਰਵਿਸ ਤੋਂ ਬਾਹਰ ਹੋਇਆ ਜੇ ਮਨ ਕਰੇ ਤੇ ਕਿਤੇ ਹੋਰ ਕਰ ਸਕਦੇ ਬਥੇਰੇ ਇਹੋ ਜੇ ਬੰਦਿਆਂ ਨੂੰ ਆਫਰਾਂ ਪ੍ਰਾਈਵੇਟ ਹਸਪਤਾਲਾਂ 'ਚ ਬਥੇਰੀਆਂ ਹੋਣਗੀਆਂ ਪੈਸਾ ਵੀ ਚੰਗਾ ਦੇ ਦਿੰਦੇ ਪ੍ਰਾਈਵੇਟਾਂ ਵਾਲੇ ਕਿਉਂਕਿ ਉਹਨਾਂ ਨੇ ਲੋਕਾਂ ਦੀਆਂ ਜੇਬਾਂ ਕੱਟਣੀਆਂ ਹੁੰਦੀਆਂ। ਪਰ ਇੱਕ ਗੱਲ ਇੱਥੇ ਜਿਹੜੀ ਸੋਚਣ ਵਾਲੀ ਆ ਜਦੋਂ ਤੁਸੀਂ ਇਹ ਗੱਲ ਕਰ ਰਹੇ ਸੀ ਕਿ ਜਿਹੜਾ ਡਾਕਟਰਾਂ ਨੇ ਆਈਐਮਐਨ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਜਾਂ ਦੂਸਰੀਆਂ ਫੈਡਰੇਸ਼ਨਾਂ ਨੇ ਹੋਰ ਨਾ ਨੇ ਉਹ ਧਮਕੀ ਦਿੱਤੀ ਹੋਈ ਸੀਗੀ 15 ਅਗਸਤ ਤੱਕ ਦੀ ਡੇਟ ਦੇ ਕੇ ਫਿਰ ਕੀ ਉਹ ਆਪਣਾ ਹੁਣ ਜਲਵਾ ਦਿਖਾਉਣਗੇ ਕਿ ਉਹ ਮਾਫੀ ਮੰਗਾਉਣਗੇ ਚੇਤਨ ਸਿੰਘ ਜੋੜੇ ਮਾਜਰਾ ਤੋਂ ਜਾਂ ਸਰਕਾਰ ਜਿਹੜੀ ਜੀਤਨ ਸਿੰਘ ਜੋੜੇ ਮਾਜਰਾਨ ਐਨ ਡੱਟ ਕੇ ਖੜੀ ਹੋਗੀ ਸਰਕਾਰ ਦਾ ਮਤਲਬ ਕੇਜਰੀਵਾਲ ਜਿਹੜਾ ਉਹਦੇ ਨਾਲ ਐਨ ਡੱਟ ਕੇ ਖੜੇ ਹੋ ਗਏ ਆ ਉਹ ਫਿਰ ਦੂਜੇ ਪਾਸੇ ਤੇ ਜਦੋਂ ਸੇਕ ਹੋਊਗਾ ਉਹਨੂੰ ਕਿਵੇਂ ਬਰਦਾਸ਼ਤ ਕਰਨਗੇ ਇਹ ਹੁਣ ਆਪਾਂ 15 ਤਰੀਕ ਤੋਂ ਬਾਅਦ ਦੇਖਦੇ ਆਂ ਇਹ ਤਾਂ ਇਹ ਵੀ ਹੋ ਸਕਦਾ ਨਾ ਕਿ ਉਦੋਂ ਮਹੱਲਾ ਕਲੀਨਿਕ ਦਾ ਉਦਘਾਟਨ ਕਰਨਾ ਹੈ ਤੇ ਜਿਹੋ ਜੀ ਕਾਰਗੁਜ਼ਾਰੀ ਮਹੱਲਾ ਕਲੀਨਿਕਾਂ ਦੀ ਰਹੇਗੀ ਆ ਕੇ ਕਿਤੇ ਡਾਕਟਰ ਹੀ ਐਕਸਪੋਜ਼ ਨਾ ਕਰ ਦੇਣ ਕਿ ਦੇਖੋ ਜੀ ਆ ਕੁਝ ਇੱਥੇ ਹੋ ਰਿਹਾ ਹੈ ਇਹ ਸਰਕਾਰ ਜਿਹੜੀ ਆਪਣੇ ਆਪ ਨੂੰ ਬਦਲਾਅ ਜੈ ਇਮਾਨਦਾਰੀ ਦੀ ਕਹਿੰਦੀ ਹੈ ਸ਼ੁਕਰੀਆ ਪ੍ਰੋਫੈਸਰ ਸਾਹਿਬ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਸਖਵਿੰਦਰ ਜੀ ਤੁਹਾਡਾ ਤੁਹਾਡੀ ਸਾਰੀ ਟੀਮ ਦਾ ਸਾਡੇ ਸਰੋਤਿਆਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਸੋ ਦਰਸ਼ਕਾਂ ਨੂੰ ਅਪੀਲ ਹੈ ਕਿ ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ ਫੇਸਬੁੱਕ ਤੇ ਫੋਲ